ਜੇ ਮਤਾ ਆਨੰਦਪੁਰ ਸਾਹਿਬ ਲਾਗੂ ਹੋ ਜਾਂਦਾ ਤਾਂ ਪੰਜਾਬ ਦਾ ਨੌਜਵਾਨ ਕਦੀ ਵੀ ਪਰਦੇਸੀ ਨਾ ਤੁਰਦਾ। ਇੰਟਰਨੈਟ ਵੀ ਕੰਟਰੋਲਡ ਹੈ। ਸਿੱਖ ਦਾ ਗੁਰੂ ਸ਼ਬਦ ਹੈ ਅਤੇ ਸਿੱਖ ਨੂੰ ਸ਼ਬਦ ਤੋਂ ਹੀ ਤੋੜ ਲਿਆ ਗਿਆ। ਜੇ ਮਤਾ ਆਨੰਦਪੁਰ ਸਾਹਿਬ ਇਮਾਨਦਾਰੀ ਨਾਲ ਲਾਗੂ ਹੋ ਜਾਂਦਾ ਤਾਂ ਕਦੀ ਵੀ ਕੋਈ ਕਿਸਾਨ ਖੁਦਕੁਸ਼ੀਆਂ ਨਾ ਕਰਦਾ। ਅਕਾਲੀ ਦਲ ਆ ਕਹਿ ਰਿਹਾ, ਅਕਾਲੀ ਦਲ ਕਦੇ ਪੰਜਾਬੀ ਪਾਰਟੀ ਬਣ ਹੀ ਨਹੀਂ ਸਕਦਾ ਜੀ। ਪਹਿਲੀ ਗੱਲ, ਜੇ ਉਹਨੇ ਪੰਜਾਬੀ ਪਾਰਟੀ ਬਣਨਾ ਤੇ ਆਨੰਦਪੁਰ ਸਾਹਿਬ ਦੇ ਮਤੇ ਦਾ ਕਤਲ ਕਰਕੇ ਬਣਨਾ। ਜੇ ਮਤਾ ਸ੍ਰੀ ਆਨੰਦਪੁਰ ਸਾਹਿਬ ਲਾਗੂ ਹੋ ਜਾਂਦਾ ਤੇ ਰੁਜ਼ਗਾਰ ਦੀ ਭਾਲ ਦੇ ਲਈ ਸਾਡੇ ਪੰਜਾਬ ਦਾ ਨੌਜਵਾਨ ਹੋਰ ਅਦਰ ਸਟੇਟ ਦੇ ਵਿੱਚ ਕਦੀ ਵੀ ਨਾ ਜਾਂਦਾ। ਰਾਜਸੀ ਨਿਸ਼ਾਨਾ, ਸ਼੍ਰੋਮਣੀ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ। ਜੇ ਮਤਾ ਸ੍ਰੀ ਆਨੰਦਪੁਰ ਸਾਹਿਬ ਲਾਗੂ ਹੋ ਜਾਂਦਾ ਤੇ ਸਾਨੂੰ ਬਿਜਲੀ ਦੇ ਲਈ ਕੋਲਾ ਬਿਹਾਰ ਤੋਂ ਜਾਂ ਅਦਰ ਸਟੇਟ ਤੋਂ ਨਹੀਂ ਮੰਗਵਾਉਣਾ ਪੈਂਦਾ। ਸਭ ਤੋਂ ਘੱਟ ਪੰਜਾਬੀ 'ਚ ਲਿਖਿਆ ਜਾਂਦਾ ਜੇ, ਸਭ ਤੋਂ ਘੱਟ ਪੰਜਾਬੀ ਛਪਦਾ ਜੇ, ਪਰ ਸਭ ਤੋਂ ਵੱਡੀ ਮੁਸੀਬਤ ਹੈ ਕਿ ਸਭ ਤੋਂ ਘੱਟ ਪੰਜਾਬੀ ਦੀਆਂ ਪੁਸਤਕਾਂ ਵਿਕਦੀਆਂ ਜੇ। ਸ਼੍ਰੀ ਆਨੰਦਪੁਰ ਸਾਹਿਬ ਦੇ ਮਤੇ ਦੀ ਪੂਰੀ ਪੜਚੋਲ ਇਸ ਵਿਸ਼ੇ ਦੇ ਮਾਹਿਰ ਸਰਦਾਰ ਅਮਰਿੰਦਰਪਾਲ ਸਿੰਘ ਜੀ ਖਾਲਿਸਤਾਨੀ ਦੇ ਨਾਲ ਵੇਖੋ ਖਾਸ ਪ੍ਰੋਗਰਾਮ ਸ਼੍ਰੀ ਆਨੰਦਪੁਰ ਸਾਹਿਬ ਦਾ ਮਤਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮੱਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਜਿਵੇਂ ਤੁਸੀਂ ਲੰਮੇ ਸਮੇਂ ਤੋਂ ਦੇਖ ਰਹੇ ਹੋ ਅਕਾਲ ਚੈਨਲ ਦੇ ਮਾਧਿਅਮ ਦੇ ਰਾਖੀ ਕਿ ਮਤਾ ਸ੍ਰੀ ਆਨੰਦਪੁਰ ਸਾਹਿਬ, ਬੜਾ ਧਿਆਨ ਦੇ ਕੇ ਸੁਣਿਆ ਜੇ, ਮਤਾ ਸ੍ਰੀ ਆਨੰਦਪੁਰ ਸਾਹਿਬ ਅੱਗੇ ਅਸੀਂ ਪ੍ਰਚਾਰਕਾਂ ਦੀ ਜ਼ੁਬਾਨ ਤੋਂ ਸੁਣਿਆ ਉਹੀ 4-5-6 ਹੱਦ ਮੰਗਾਂ 8 ਤੱਕ ਗਈਆਂ, ਇਸ ਤੋਂ ਅੱਗੇ ਸਮਾਪਤੀ ਹੁੰਦੀ ਨਜ਼ਰ ਆਈ। ਕੁਛ ਕਿਤਾਬਾਂ ਦੇ ਵਿੱਚ ਵੀ ਪੜ੍ਹਿਆ, ਪਰ ਜਦੋਂ ਸਾਨੂੰ ਪਤਾ ਲੱਗਾ ਕਿ ਜਿਹੜੇ ਮਤਾ ਆਨੰਦਪੁਰ ਦੇ ਵਿੱਚ ਬੈਠੇ, ਜਿਨ੍ਹਾਂ ਦੇ ਬਕਾਇਦਾ ਸਿਗਨੇਚਰ ਵੀ ਮਿਲਦੇ ਨੇ, ਜਦੋਂ ਭਾਰਤ ਸਰਕਾਰ ਨੂੰ ਉਹ ਮਤਾ ਆਨੰਦਪੁਰ ਦੀ ਕਾਪੀ ਦਿੱਤੀ ਗਈ, ਤਾਂ ਫਿਰ ਕਿਉਂ ਨਾ ਉਹਨਾਂ ਸ਼ਖਸੀਅਤਾਂ ਦੇ ਕੋਲੋਂ ਜਾਣਕਾਰੀ ਲਈਏ ਜਿਨ੍ਹਾਂ ਨੇ ਬਕਾਇਦਾ ਮਤਾ ਆਨੰਦਪੁਰ ਸਾਹਿਬ ਦੇ ਉੱਪਰ ਇੱਕ ਕਿਤਾਬ ਲਿਖ ਦਿੱਤੀ, ਅਤੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਇਸ ਸਮੇਂ ਦੇ ਅੰਦਰ ਜਾਂ ਪ੍ਰਾਚੀਨ ਸਮੇਂ ਦੇ ਅੰਦਰ ਕਿੰਨਾ ਲੋਕਾਂ ਦੀਆਂ ਗੱਦਾਰੀਆਂ ਕਰਕੇ ਮਤਾ ਆਨੰਦਪੁਰ ਵਿਸਾਰ ਦਿੱਤਾ ਗਿਆ। ਮੇਰੇ ਕਹਿਣ ਤੋਂ ਮੁਰਾਦ ਹੈ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ, ਜਦੋਂ ਇਹ ਗੱਲ ਕਰਦੇ ਨੇ ਤਾਂ ਇਹਨਾਂ ਦੇ ਹੱਥ ਦੇ ਵਿੱਚ ਜਿਹੜੀ ਕਿਤਾਬ ਹੁੰਦੀ ਉਹ ਕਿਤਾਬ ਕਿਸੇ ਹੋਰ ਦੀ ਨਹੀਂ, ਕਿਤਾਬ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਦੀ ਆਪਣੀ ਲਿਖੀ ਹੋਈ ਹੈ, ਅਤੇ ਉਸ ਕਿਤਾਬ ਦਾ ਨਾਮ ਹੈ ਮਤੇ ਆਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ। ਇਸ ਕਰਕੇ ਮੈਂ ਚਾਹਾਂਗਾ ਵੀ ਇਸ ਕਿਤਾਬ ਨੂੰ ਸਿੱਖ ਸੰਗਤ ਜ਼ਰੂਰ ਪੜ੍ਹੇ, ਜਿੱਥੋਂ ਵੀ ਮਿਲ ਸਕਦੀ ਹੈ ਮੰਗਵਾਵੇ, ਤਾਂ ਕਿ ਇਸ ਕਿਤਾਬ ਦੇ ਰਾਹੀਂ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਧੁੰਦਲਾ ਕਿਸ ਕੀਤਾ। ਜੇ ਮਤਾ ਆਨੰਦਪੁਰ ਸਾਹਿਬ ਲਾਗੂ ਹੋ ਜਾਂਦਾ ਤਾਂ ਪੰਜਾਬ ਦਾ ਨੌਜਵਾਨ ਕਦੀ ਵੀ ਪਰਦੇਸੀ ਨਾ ਤੁਰਦਾ। ਜੇ ਮਤਾ ਆਨੰਦਪੁਰ ਸਾਹਿਬ ਇਮਾਨਦਾਰੀ ਨਾਲ ਲਾਗੂ ਹੋ ਜਾਂਦਾ ਤਾਂ ਕਦੀ ਵੀ ਕੋਈ ਕਿਸਾਨ ਖੁਦਕੁਸ਼ੀਆਂ ਨਾ ਕਰਦਾ। ਜੇ ਮਤਾ ਸ੍ਰੀ ਆਨੰਦਪੁਰ ਸਾਹਿਬ ਲਾਗੂ ਹੋ ਜਾਂਦਾ ਤਾਂ ਰੁਜ਼ਗਾਰ ਦੀ ਭਾਲ ਦੇ ਲਈ ਸਾਡੇ ਪੰਜਾਬ ਦਾ ਨੌਜਵਾਨ ਹੋਰ ਅਦਰ ਸਟੇਟ ਦੇ ਵਿੱਚ ਕਦੀ ਵੀ ਨਾ ਜਾਂਦਾ। ਜੇ ਮਤਾ ਸ੍ਰੀ ਆਨੰਦਪੁਰ ਸਾਹਿਬ ਲਾਗੂ ਹੋ ਜਾਂਦਾ ਤਾਂ ਸਾਨੂੰ ਬਿਜਲੀ ਦੇ ਲਈ ਕੋਲਾ ਬਿਹਾਰ ਤੋਂ ਜਾਂ ਅਦਰ ਸਟੇਟ ਤੋਂ ਨਹੀਂ ਮੰਗਵਾਉਣਾ ਪੈਂਦਾ। ਬੜਾ ਕੁਛ ਹੈ ਮਤਾ ਆਨੰਦਪੁਰ ਸਾਹਿਬ ਦੇ ਅੰਦਰ, ਅਜੇ ਤਾਂ ਕੁਛ ਕੁ ਗੱਲਾਂ ਦੀ ਸਾਂਝ ਪਾਈ ਹੈ, ਅਤੇ ਸਿੱਖ ਸੰਗਤ ਨੇ ਮੰਗ ਅਕਾਲ ਚੈਨਲ ਦੇ ਕੋਲੋਂ ਕੀਤੀ ਹੈ, ਅਤੇ ਅਕਾਲ ਚੈਨਲ ਨੇ ਇੱਕ ਬਹੁਤ ਵੱਡਾ ਖਰਚਾ ਕਰਕੇ ਬਕਾਇਦਾ ਆਪਣੀ ਟੀਮ ਦੀ ਪੱਕੀ ਡਿਊਟੀ ਲਾਈ ਕਿ ਮਤਾ ਸ੍ਰੀ ਆਨੰਦਪੁਰ ਸਾਹਿਬ ਸਿੱਖ ਸੰਗਤਾਂ ਤੱਕ ਜਾਣਾ ਚਾਹੀਦਾ। ਯੂਟਿਊਬ 'ਤੇ ਵੀ ਝਾਤ ਪਾਓਗੇ ਤਾਂ ਇੰਨਾ ਲੰਬਾ ਮਤਾ ਆਨੰਦਪੁਰ ਸਾਹਿਬ ਦੇ ਉੱਪਰ ਤੁਹਾਨੂੰ ਐਪੀਸੋਡ ਨਹੀਂ ਮਿਲੇਗਾ, ਕਿਉਂਕਿ ਮੈਂ ਸਾਰੀਆਂ ਚੀਜ਼ਾਂ ਚੈੱਕ ਕਰ ਚੁੱਕਾ ਵਾਂ। ਅਤੇ ਮਨ ਦੇ ਵਿੱਚ ਖਿਆਲ ਆਇਆ ਕਿ ਮਤਾ ਸ੍ਰੀ ਆਨੰਦਪੁਰ ਸਾਹਿਬ ਸਿੱਖ ਸੰਗਤ ਦੇ ਰੂਬਰੂ ਕੀਤਾ ਜਾਵੇ, ਲੰਬਾ ਭਾਵੇਂ ਜਿੰਨਾ ਮਰਜ਼ੀ ਹੋ ਜਾਵੇ, ਕਿਉਂਕਿ ਜੇ ਮੰਗਾਂ ਦੀ ਗੱਲ ਕਰੀਏ ਜਿਵੇਂ ਇਹਨਾਂ ਨੇ ਇੰਨੀਆਂ ਮੰਗਾਂ ਗਣਾਈਆਂ ਜਿਹੜੀਆਂ 100 ਵੀ ਟੱਪ ਜਾਂਦੀਆਂ ਨੇ, ਅਤੇ ਅੰਦਾਜ਼ਾ ਦਰਸ਼ਕੋ ਤੁਸੀਂ ਆਪ ਲਾਓ ਜੇ 108 ਦੇ ਕਰੀਬ ਮੰਗਾਂ ਬਣਦੀਆਂ ਨੇ, ਦੋ ਦੋ ਮੰਗਾਂ ਇੱਕ ਐਪੀਸੋਡ ਦੇ ਵਿੱਚ ਵੀ ਕਰੀਏ ਤਾਂ ਅੰਦਾਜ਼ਾ ਲਾ ਕੇ ਦੇਖੋ ਵੀ ਘੱਟੋ ਘੱਟ ਵੀ ਸਾਨੂੰ 54 ਐਪੀਸੋਡ ਕਰਨੇ ਪੈ ਜਾਣਗੇ। ਪਰ ਮੈਂ ਸਿੱਖ ਸੰਗਤ ਤੋਂ ਇੱਥੇ ਹੱਥ ਬੰਨ ਕੇ ਆਪਣੇ ਵੱਲੋਂ ਬੇਨਤੀ ਕਰਾਂਗਾ ਕਿ ਜੇ ਕੋਈ ਵੀਰ ਭੈਣ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਅੱਗੇ ਲਿਜਾਣਾ ਚਾਹੁੰਦਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਧੁੰਦਲਾ ਕਿਸ ਕੀਤਾ, ਜਾਣਕਾਰੀ ਲੈ ਸਕਦਾ ਅਤੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਦਾ ਜ਼ਰੂਰ ਖੇਚਲ ਕਰੇ, ਆਪਣਾ ਦਸਵੰਧ ਸਫਲਾ ਕਰੇ, ਕਿਉਂਕਿ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਲੰਬਾ ਲੈ ਕੇ ਜਾਣਾ ਚਾਹੁੰਦੇ ਹਾਂ। ਅਤੇ ਦਰਸ਼ਕੋ, ਮਤਾ ਸ੍ਰੀ ਆਨੰਦਪੁਰ ਸਾਹਿਬ ਪਿਛਲੇ ਆਪਾਂ ਕਰੀਬ 7 ਐਪੀਸੋਡ ਕਰ ਚੁੱਕੇ ਹਾਂ, ਅਤੇ 7 ਐਪੀਸੋਡ ਦੇ ਵਿੱਚ ਗੱਲ ਇੰਨੀ ਕੁ ਨਿਖਰ ਕੇ ਸਾਹਮਣੇ ਆਉਂਦੀ ਗਈ, ਮਨ ਕਹਿੰਦਾ ਕਿ ਇੱਕ ਬੜੀ ਵੱਡੀ ਲੜੀ ਚੱਲ ਜਾਵੇ ਤਾਂ ਕਿ ਸਾਰੀਆਂ ਦੀਆਂ ਸਾਰੀਆਂ ਮੰਗਾਂ ਕਿੱਥੇ ਕਿੱਥੇ ਅੜੀਆਂ, ਕਿੱਥੇ ਰੁਕਾਵਟ ਪਈ, ਸਾਡੇ ਤੱਕ ਅੱਪੜਨੀਆਂ ਚਾਹੀਦੀਆਂ ਨੇ। ਆਓ ਅੱਜ ਫਿਰ ਮੈਂ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ XMP ਦੇ ਘਰ ਵਿਖੇ ਪਹੁੰਚਿਆ ਵਾਂ, ਅਤੇ ਅੱਜ ਫਿਰ ਮੈਂ ਭਾਵੇਂ ਮੌਸਮ ਸਾਥ ਨਹੀਂ ਦੇ ਰਿਹਾ ਇਸ ਕਰਕੇ ਅਸੀਂ ਇਨਡੋਰ ਇਹ ਸਾਰਾ ਪ੍ਰੋਗਰਾਮ ਕਰ ਰਹੇ ਹਾਂ, ਅਤੇ ਅਕਾਲ ਚੈਨਲ ਦੀ ਟੀਮ ਨੇ ਪੂਰਾ ਇਸ ਗੱਲ ਦਾ ਤਹੱਈਆ ਕੀਤਾ ਹੋਇਆ ਕਿ ਮਤਾ ਸ੍ਰੀ ਆਨੰਦਪੁਰ ਸਾਹਿਬ ਜੋ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਨੇ ਕਿਤਾਬ ਲਿਖੀ ਹੈ ਇਹ ਬਕਾਇਦਾ ਵੀਡੀਓ ਦੇ ਰਾਹੀਂ ਸਿੱਖ ਕੌਮ ਦੀ ਝੋਲੀ ਦੇ ਵਿੱਚ ਪੈਣਾ ਚਾਹੀਦਾ। ਆਓ ਦਰਸ਼ਕੋ,
ਅੱਜ ਫਿਰ ਮੇਰੇ ਨਾਲ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਐਕਸ ਐਮ ਪੀ ਹਨ, ਜਿਨ੍ਹਾਂ ਨੇ ਪਿਛਲੇ ਐਪੀਸੋਡ ਦੇ ਵਿੱਚ ਤੁਹਾਨੂੰ ਮਾਤਾ ਸ੍ਰੀ ਅਨੰਦਪੁਰ ਸਾਹਿਬ ਬਾਰੇ ਜਾਣਕਾਰੀ ਦਿੱਤੀ ਹੈ। ਅੱਜ ਵੀ ਜਾਣਕਾਰੀ ਦੇਣਗੇ। ਆਓ ਇਹਨਾਂ ਕੋਲੋਂ ਕੋਈ ਜਾਣਕਾਰੀ ਲੈਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਗੁਸਤਾਖੀ ਕਰ ਦਿੰਦਾ ਕਿ ਲੰਮਾ ਸਮਾਂ ਮੈਂ ਬੋਲ ਜਾਂਦਾ ਵਾਂ, ਨਹੀਂ ਜੀ ਤੁਹਾਨੂੰ ਸਮਾਂ ਥੋੜ੍ਹਾ ਅਸੀਂ ਘੱਟ ਦੇ ਦਿੰਦੇ ਹਾਂ। ਨਹੀਂ, ਤੁਹਾਡਾ ਚੈਨਲ ਦਾ, ਤੁਹਾਡੇ ਐਂਕਰ ਦੇ ਆਪਣੇ ਜਿਹੜੇ ਜੇ ਪਿਛਲਾ ਤੁਸੀਂ ਨਾਲ ਨਹੀਂ ਜੋੜੋਗੇ ਤਾਂ ਦਰਸ਼ਕ ਭੁੱਲ ਵੀ ਛੇਤੀ ਜਾਂਦੇ, ਕਿਉਂਕਿ ਇਹਦਾ ਬੜਾ ਵੱਡਾ ਕਾਰਨ ਹੈ। ਐਡਾ ਲੰਬਾ ਕਦੀ ਅਨੰਦਪੁਰ ਸਾਹਿਬ ਦਾ ਮਤਾ ਕੋਈ ਲੈ ਕੇ ਨਹੀਂ ਗਿਆ ਜੀ। ਜਦੋਂ ਅਸੀਂ ਪ੍ਰੋਗਰਾਮ ਨੂੰ ਐਪੀਸੋਡ ਐਪੀਸੋਡ ਕਰਦੇ ਹਾਂ ਤਾਂ ਚੈਨਲ ਦੇ ਬਹੁਤ ਵੱਡੇ ਖਰਚੇ ਹੋ ਜਾਂਦੇ ਆ। ਬਿਲਕੁਲ, ਜਿਹਦੇ ਕਰਕੇ ਫਿਰ ਵੀ ਅਸੀਂ ਧੰਨਵਾਦੀ ਹਾਂ ਅਕਾਲ ਚੈਨਲ ਦੇ ਸਮੁੱਚੇ ਪ੍ਰਬੰਧਕਾਂ ਦੇ, ਜਿਨ੍ਹਾਂ ਨੇ ਬਕਾਇਦਾ ਇਹ ਗੱਲ ਕਹੀ ਹੈ ਕਿ ਪ੍ਰੋਗਰਾਮ ਜਿੰਨਾ ਮਰਜ਼ੀ ਲੰਬਾ ਹੋ ਜਾਵੇ ਪਰ ਕੌਮ ਦੀ ਝੋਲੀ ਪੈਣਾ ਚਾਹੀਦਾ। ਨਹੀਂ, ਇਹ ਤਾਂ ਦੇਖੋ, ਮੈਂ ਤੁਹਾਨੂੰ ਪਿਛਲੀ ਵਾਰੀ ਮਖੂ ਸਾਹਿਬ ਕਿਹਾ ਕਿ ਤੁਹਾਡੇ ਚੈਨਲ ਅਕਾਲ ਚੈਨਲ ਦਾ, ਉਹਨਾਂ ਦੇ ਮਾਲਕਾਂ ਦਾ, ਤੁਹਾਡੇ ਐਂਕਰਸ ਦਾ ਵੀ, ਟੀਮ ਦਾ ਵੀ ਜੀ, ਮੈਂ ਧੰਨਵਾਦੀ ਸਿੱਖ ਨੌਜਵਾਨਾਂ ਵੱਲੋਂ ਹਾਂ, ਮੈਂ ਤਾਂ ਧੰਨਵਾਦੀ ਹੈ ਹੀ ਹਾਂ। ਜਿਹੜੀ ਪੀੜ੍ਹੀ 1984 ਤੋਂ ਬਾਅਦ ਜੰਮੀ ਉਹਨੂੰ ਕੱਖ ਨਹੀਂ ਪਤਾ। ਨਹੀਂ ਪਤਾ ਜੀ, ਉਹਦੇ ਕੋਲ ਕੋਈ ਐਸਾ ਸੋਰਸ ਨਹੀਂ ਹੈਗਾ ਜਿਹੜੀ ਸੱਚਾਈ ਉਹ ਜਾਣ ਸਕੇ। ਜੋ ਦੁਸ਼ਮਣ ਪ੍ਰਚਾਰ ਰਿਹਾ ਜੀ ਅਤੇ ਸਿੱਖ ਵਿਰੋਧੀ ਤਾਕਤਾਂ ਜੋ ਚੀਜ਼ ਪ੍ਰਚਾਰ ਰਹੀਆਂ ਨੇ, ਉਹ ਏਜੰਡਾ ਸਿੱਖ ਨੌਜਵਾਨ ਗ੍ਰਹਿਣ ਕਰ ਰਿਹਾ ਜੀ। ਉਹਦੀ ਮਜਬੂਰੀ ਹੋ ਗਈ ਕਿਉਂਕਿ ਉਹਨੂੰ ਹੋਰ ਕੁਛ ਮਿਲ ਹੀ ਨਹੀਂ ਰਿਹਾ। ਪੰਥਕ ਵਿਵੇਕ ਤੋਂ ਅਤੇ ਪੰਥ ਦੀ ਸੂਝ ਵਿੱਚੋਂ ਨਿਕਲੀ ਹੋਈ ਕੋਈ ਵੀ ਗੱਲ ਸਿੱਖ ਨੌਜਵਾਨ ਤੱਕ ਨਹੀਂ ਪਹੁੰਚ ਰਹੀ। ਪੰਥ ਸਾਡਾ ਸੋ ਗਿਆ ਜੀ। ਪੰਥ ਦਾ ਜਿਹੜਾ ਅਵਾਮ ਹੈ, ਮੈਂ ਪੰਥ ਨੂੰ ਤਾਂ ਸੁੱਤਾ ਕਹਿ ਰਿਹਾ, ਅਤੇ ਜਿਹੜਾ ਪੰਥ ਦਾ ਅਵਾਮ ਹੈ ਉਹ ਬੇਹੋਸ਼ੀ ਦੀ ਹਾਲਤ ਵਿੱਚ ਹੈ ਜੀ। ਜਿਹੜਾ ਅਵਾਮ ਖੁਦ ਜਿਹਨੇ ਲੀਡਰ ਬਣਾਉਣੇ ਨੇ, ਵੋਟ ਪਾ ਕੇ ਲੀਡਰ ਨਹੀਂ ਬਣਦੇ ਹੁੰਦੇ, ਮਾਫ਼ ਕਰਿਆ ਜੇ, ਓਕੇ, ਅਸੀਂ ਸਮਝਦੇ ਹਾਂ ਵੋਟ ਪਾਤੀ ਸਾਡੀ ਜ਼ਿੰਮੇਵਾਰੀ ਖਤਮ, ਲੀਡਰ ਬਣ ਗਿਆ। ਵੋਟ ਪਾਉਣ ਦੀ ਇੱਕ ਪ੍ਰਣਾਲੀ ਹੈ ਕਿ ਤੁਸੀਂ ਆਪਣਾ ਪ੍ਰਤੀਨਿਧ ਚੁਣਦੇ ਹੋ। ਤੁਸੀਂ ਪ੍ਰਤੀਨਿਧ ਚੁਣ ਕਿਹਦੇ ਵਾਸਤੇ ਰਹੇ ਹੋ, ਇਹ ਸਿੱਖ ਅਵਾਮ ਨੂੰ ਪਤਾ ਹੀ ਨਹੀਂ। ਓਕੇ, ਆਗੂ ਨਹੀਂ ਚੁਣ ਰਹੇ ਤੁਸੀਂ, ਤੁਸੀਂ ਆਪਣਾ ਪ੍ਰਤੀਨਿਧ ਚੁਣਦੇ ਪਏ ਹੋ। ਪ੍ਰਤੀਨਿਧ ਕਾਹਦੇ ਵਾਸਤੇ ਚੁਣ ਰਹੇ ਹੋ? ਜੇ ਇਲੈਕਸ਼ਨਾਂ ਹੋਈਆਂ ਜਿਸ ਵੇਲੇ ਮੈਂ ਮੈਂਬਰ ਪਾਰਲੀਮੈਂਟ ਬਣਿਆ, ਅਤੇ ਸਿੱਖ ਕੌਮ ਦੇ ਪੂਰੇ ਸਨੈਰੀਓ ਵਿੱਚ ਇੱਕ ਚੀਜ਼ ਸੀ ਕਿ ਜਿਨ੍ਹਾਂ ਨੇ ਸੰਘਰਸ਼ ਕੀਤਾ ਅਸੀਂ ਉਹਨਾਂ ਨੂੰ ਅਗਵਾਈ ਦੇਈਏ। ਉਹਨਾਂ ਨੇ ਬਹੁਤ ਵੱਡੀ ਅਗਵਾਈ ਇਹ ਲੀਡਰ ਨੂੰ ਦਿੱਤੀ, ਬਾਬਾ ਜੋਗਿੰਦਰ ਸਿੰਘ ਜੀ ਅੱਗੋਂ ਉਹਨਾਂ ਨੇ ਟ੍ਰਾਂਸਫਰ ਕਰ ਦਿੱਤੀ। ਸਰਦਾਰ ਸਿਮਰਨਜੀਤ ਸਿੰਘ ਮਾਨ, ਬੜੀ ਵੱਡੀ ਅਗਵਾਈ ਪੰਥ ਨੇ ਉਹਨਾਂ ਨੂੰ ਦਿੱਤੀ। ਹੁਣ ਉਹ ਇੱਕ ਅਗਵਾਈ ਦਿੱਤੀ ਪ੍ਰਤੀਨਿਧਤਾ ਲਈ। ਪ੍ਰਤੀਨਿਧਤਾ ਉਹਨਾਂ ਆਗੂਆਂ ਨੇ ਕਿਹਦੇ ਲਈ ਕਰਨੀ ਸੀ? ਉਹ ਕੌਮ ਫਿਰ ਉੱਥੇ ਆ ਕੇ ਆਪ ਸੋ ਜਾਂਦੀ ਹੈ ਜੀ। ਜਿਸ ਕਰਕੇ ਕੌਮ ਹਮੇਸ਼ਾ ਸਾਥ ਦਿੰਦੀ ਹੈ ਅਤੇ ਲੀਡਰ ਹਮੇਸ਼ਾ ਧੋਖਾ ਕਰ ਜਾਂਦਾ। ਓਕੇ, ਜੇ ਆਪਣਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਪਸ਼ਟ ਆਖਦੇ ਨੇ, ਆਪਣਾ ਤਖ਼ਤ ਤੇ ਉਹਨੂੰ ਬਹਾਓ ਜਿਹੜਾ ਤਖ਼ਤ ਦੇ ਲਾਇਕ ਹੈ ਜੀ, ਅਤੇ ਤਖ਼ਤ ਤੇ ਬਹਾਉਣ ਤੋਂ ਬਾਅਦ ਵੀ ਉਸ 'ਤੇ ਨਿਗਰਾਨੀ ਰੱਖੋ ਕਿ ਉਹ ਤਖ਼ਤ ਲਾਇਕ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ। ਸਾਡੇ ਪ੍ਰਚਾਰਕ ਜਾਂ ਵਿਆਖਿਆਕਾਰ ਇਹ ਦੱਸਦੇ ਨੇ ਤਖ਼ਤੇ ਬਹਿ ਤਖ਼ਤੇ ਕੇ ਲਾਇਕ ਜੀ, ਅਗਲੀ ਤੋਖਤਾ ਛੱਡ ਦਿੰਦੇ ਨੇ ਕਿ ਵੀ ਉਸ 'ਤੇ ਨਿਗਰਾਨੀ ਵੀ ਰੱਖਣੀ ਹੈ ਆਵਾਮ ਨੇ ਕਿ ਉਹ ਤਖ਼ਤ ਲਾਇਕ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ। ਵਾਕਿਆ ਜੀ, ਠੀਕ ਆ ਨਾ ਜੀ। ਇੱਥੇ ਜਿਨ੍ਹਾਂ ਨੇ ਤਖ਼ਤ ਲਾਇਕ ਕੰਮ ਕਰਾਉਣਾ ਹੈ ਉਹ ਹੈ ਪੰਥ, ਉਹ ਹੈ ਵੋਟਰ। ਵੋਟਰ ਨੂੰ ਇਹ ਲੀਡਰ ਫਿਰ ਆਪਣੇ ਸਵਾਰਥ ਵਿੱਚ ਸਵਾ ਦਿੰਦੇ ਨੇ, ਇੰਜੈਕਸ਼ਨ ਲਾ ਦਿੰਦੇ ਨੇ, ਚਾਹੇ ਨਸ਼ੇ ਦਾ ਲਾਣ, ਚਾਹੇ ਨਿੱਜੀ ਗਰਜਾਂ ਦਾ ਲਾਣ, ਚਾਹੇ ਨਿੱਜੀ ਸਵਾਰਥਾਂ ਦਾ ਲਾਣ, ਚਾਹੇ ਮੇਰੇ ਤੇਰੇ ਬੱਚਿਆਂ ਨੂੰ ਨੌਕਰੀ ਦੇਣ ਦਾ ਲਾਣ, ਇਹ ਸਵਾਣਾ। ਅਸੀਂ ਐਸੀ ਨਿੱਜੀ ਸਵਾਰਥਾਂ ਦੀ ਚਿਰ ਨਿੰਦਰਾ ਵਿੱਚ ਪੈ ਗਏ ਹਾਂ ਕਿ ਅਸੀਂ ਆਪਣੇ ਹੱਕ ਹੀ ਭੁੱਲ ਗਏ ਹਾਂ ਜੀ। ਜਿਹੜੀ ਕੌਮ ਅਤੇ ਜਿਹੜਾ ਮਨੁੱਖ ਆਪਣੇ ਹੱਕ ਵੀ ਮਰਵਾ ਲਏ, ਮਰਵਾਉਣ ਤੋਂ ਬਾਅਦ ਉਹ ਭੁੱਲ ਹੀ ਜਾਏ ਕਿ ਮੇਰੇ ਹੱਕ ਕੀ ਸੀ, ਯਕੀਨ ਜਾਣੋ ਫਿਰ ਉਹਦੀ ਜਿਹੜੀ ਆਉਣ ਵਾਲੀ ਨਸਲ ਹੈ ਉਹ ਨਪੁੰਸਕ ਹੋਏਗੀ ਜੀ। ਮੈਂ ਉਹਨੂੰ ਇਹ ਨਹੀਂ ਕਹਿ ਰਿਹਾ ਕਿ ਉਹ ਹੱਕਾਂ ਤੋਂ ਵਿਹੀਨ ਹੋਏਗੀ, ਉਹ ਨਪੁੰਸਕ ਹੋਏਗੀ, ਉਹਦੇ 'ਚ ਫਰਟੀਲਿਟੀ ਨਹੀਂ ਹੋਏਗੀ ਜੀ। ਨਪੁੰਸਕ ਦਾ ਮਤਲਬ ਹੈ ਉਹ ਅਨਫਰਟਾਈਲ ਹੋਏਗੀ, ਅਤੇ ਅਸੀਂ 1984 ਤੋਂ ਬਾਅਦ ਅਨਫਰਟਾਈਲ ਨਸਲ ਪੈਦਾ ਕੀਤੀ ਜੀ। ਹੁਣ ਉਸ ਨਸਲ ਨੂੰ ਜਾਗਰਤੀ ਆਈ, ਕਿਉਂਕਿ ਜਿੰਨੀ ਦੇਰ ਤਾਂ ਉਹ ਨਸਲ ਮਾਂ ਪਿਓ ਦੇ ਕਬਜ਼ੇ 'ਚ ਰਹੀ, ਅਸੀਂ ਕਬਜ਼ਾ ਨਹੀਂ ਛੱਡਦੇ ਪੁੱਤਰਾਂ ਧੀਆਂ 'ਤੇ,
ਆਜ਼ਾਦ ਨਹੀਂ ਕਰਦੇ ਉਹਨਾਂ ਨੂੰ ਜੀ, ਤੇ ਜਿਹੜੇ ਮਾਂ ਪਿਓ ਪੁੱਤਰ ਧੀ ਨੂੰ ਆਜ਼ਾਦ ਨਹੀਂ ਕਰ ਸਕਦੇ, ਕੌਮ ਨੂੰ ਕਿੱਥੋਂ ਆਜ਼ਾਦ ਕਰਾ ਲੈਣਗੇ। ਦੂਸਰੀ ਗੱਲ, ਜਦੋਂ ਉਹਨਾਂ ਨੇ ਨੌਜਵਾਨਾਂ ਨੇ ਸਮਝਿਆ ਬਈ ਅਸੀਂ ਆਪਣੀ ਵਿਵੇਕ ਦੀ ਉਡਾਰੀ ਮਾਰੀਏ, ਤੇ ਅੱਗੇ ਜਿਹੜੇ ਜ਼ਿੰਮੇਵਾਰ ਬੰਦੇ ਸੀ, ਬੁੱਧੀਜੀਵੀ ਸੀ, ਰਾਈਟਰ ਸੀ, ਉਹ ਸੰਵੇਦਨਸ਼ੀਲਤਾ ਹਮੇਸ਼ਾ ਲਿਖਾਰੀ ਕੋਲ ਹੁੰਦੀ ਹੈ ਜੀ, ਫਿਲਾਸਫਰ ਕੋਲ ਹੁੰਦੀ ਹੈ, ਦਾਰਸ਼ਨਿਕ ਕੋਲ ਹੁੰਦੀ ਹੈ, ਕਵੀ ਕੋਲ ਹੁੰਦੀ ਹੈ, ਵਿਚਾਰਵਾਨ ਕੋਲ ਹੁੰਦੀ ਹੈ, ਕਲਮ ਦੀ ਤਾਕਤ ਵਿੱਚੋਂ ਨਿਕਲਦੀ ਹੈ। ਉਹਨਾਂ ਨੇ ਆਪਣਾ ਪਹਿਲਾਂ ਹੀ ਵੇਚ ਦਿੱਤਾ, ਜਿਹੜੇ ਮਰਜ਼ੀ ਚੀਜ਼ 'ਤੇ। ਹਮੇਸ਼ਾ ਇਹ ਨਹੀਂ ਹੁੰਦਾ ਕਿ ਇਨਸਾਨ ਪੈਸੇ ਨਾਲ ਹੀ ਵਿਕਦਾ, ਇਨਸਾਨ ਬਹੁਤ ਢੰਗਾਂ ਨਾਲ ਵਿਕਦਾ। ਅੱਛਾ ਜੀ, ਮਜਬੂਰੀਆਂ 'ਚ ਵੀ ਵਿਕ ਜਾਂਦਾ, ਢਿੱਡ ਖਾਤਰ ਵੀ ਵਿਕ ਜਾਂਦਾ। ਭੁੱਖ ਸਭ ਤੋਂ ਵੱਡੀ ਮਾਰ ਹੈਗੀ ਹੈ ਸੰਸਾਰ ਵਿੱਚ, ਭੁੱਖ ਇਨਸਾਨ ਤੋਂ ਸਾਰਾ ਕੁਛ ਕਰਾ ਜਾਂਦੀ ਹੈ, ਆਪਣਾ ਸਰੀਰ ਤੱਕ ਵੀ ਖਵਾ ਜਾਂਦੀ ਹੈ। ਅਹੁਦੇ ਦੇ ਲਾਲਚ ਨੇ, ਕੁਰਸੀ ਦੇ ਲਾਲਚ ਨੇ, ਤਨਖਾਹ ਤਾਂ ਬੜੀ ਦੂਰ ਦੀ ਗੱਲ ਆ ਜੀ, ਠੀਕ ਆ ਨਾ ਜੀ, ਨਿੱਜੀ ਗਰਜਾਂ ਕੰਮ ਕਰਾਉਣ ਦੇ ਲਾਲਚ ਨੇ, ਕਿਲ੍ਹਾ ਕੱਢਣ ਦੇ ਲਾਲਚ ਨੇ, ਫਲਾਣੇ ਦੇ ਟੱਬਰ ਨੇ ਮਕਾਨ ਕਿਉਂ ਪਾ ਲਿਆ, ਮੈਂ ਦਾ ਢਵਾ ਦੇਣਾ, ਇਹ ਵੀ ਲਾਲਚ ਹੈ। ਮੈਂ ਇਸ ਤੋਂ ਉੱਚਾ ਪਵਾ ਲੈਣਾ, ਇਹ ਵੀ ਲਾਲਚ ਹੈ, ਪੱਲੇ ਕੱਖ ਹੈ ਨਹੀਂ, ਪਾ ਇਸ ਤੋਂ ਉੱਚਾ ਲੈਣਾ ਚੁਬਾਰਾ। ਇਹ ਇਨਸਾਨ ਦੀ ਫਿਤਰਤ ਹੈ ਜੀ। ਜਿਸ ਕਮਿਊਨਿਟੀ ਨੇ ਆਪਣੀ ਨਸਲ ਨੂੰ ਮਨੋਬਿਰਤੀ ਇਹੀ ਦੇ ਦਿੱਤੀ, ਜਿਹੜੀਆਂ ਬਿਰਤੀਆਂ ਦੀ ਮੈਂ ਗੱਲ ਕੀਤੀ ਹੈ, ਉਹਦੇ ਵਿੱਚੋਂ ਕੌਮ ਅਤੇ ਕੌਮੀ ਅਣਖ ਅਤੇ ਕੌਮੀ ਨਿਸ਼ਾਨੇ ਮਨਫੀ ਹੋ ਗਏ। ਜਿਸ ਵੇਲੇ ਉਸ ਨਸਲ ਨੇ ਦੇਖਿਆ, ਵਿਦੇਸ਼ਾਂ 'ਚ ਜਾ ਕੇ ਵੀ ਦੇਖਿਆ, ਇੱਥੇ ਵੀ ਦੇਖ ਲਿਆ ਕਿ ਬਈ ਅਸੀਂ ਹੈ ਕੀ ਸੀ ਯਾਰ, ਅਸੀਂ ਹਾਂ ਕੀ, ਸਾਡੇ ਪੈਰਾਂ ਹੇਠਾਂ ਕੁਛ ਹੈ ਹੀ ਨਹੀਂ, ਉਹ ਹੌਲਾ ਮਹਿਸੂਸ ਕਰ ਰਹੇ ਨੇ ਜੀ। ਉਹਨਾਂ ਨੇ ਜਾਣਕਾਰੀ ਲੈਣੀ ਚਾਹੀ, ਅਤੇ ਸਰਕਾਰ ਨੇ, ਸਿਸਟਮ ਨੇ ਉਹਦੇ ਸਾਹਮਣੇ ਇੰਟਰਨੈਟ ਰੱਖ ਦਿੱਤਾ। ਇੰਟਰਨੈਟ ਵੀ ਕੰਟਰੋਲਡ ਹੈ, ਇੰਟਰਨੈਟ ਕੰਟਰੋਲਡ ਜੇ, ਮੈਂ ਨੌਜਵਾਨਾਂ ਨੂੰ ਸਪਸ਼ਟ ਤੌਰ 'ਤੇ ਕਹਿਣਾ ਚਾਹੁੰਦਾ, ਇਹ ਕੋਈ ਇੰਡੀਪੈਂਡੈਂਟ ਮੀਡੀਆ ਨਹੀਂ ਹੈ, ਓਕੇ, ਇਹ ਕੰਟਰੋਲਡ ਮੀਡੀਆ। ਉਹਨਾਂ ਨੇ ਦੇਖ ਲਿਆ ਕਿਹੜੀ ਚੀਜ਼ ਨੂੰ ਕਿਸ ਐਂਗਲ ਨਾਲ ਘੁਮਾਉਣਾ। ਉਹਨਾਂ ਨੇ ਆਪਣੇ ਹਜ਼ਾਰਾਂ ਅਕਾਊਂਟ ਬਣਾਏ ਹੋਏ ਨੇ ਜੀ, ਔਰ ਉਹ ਹਜ਼ਾਰਾਂ ਅਕਾਊਂਟ ਉਹ ਆਪਣੇ ਹਿਸਾਬ ਨਾਲ ਉਹਨਾਂ 'ਤੇ ਕਰ ਦਿੰਦੇ ਨੇ ਜੀ। ਉਹ ਮੈਂਟੈਲਿਟੀ ਤਿਆਰ ਕਰਾਉਂਦੇ ਨੇ, ਨੌਜਵਾਨ ਉਸੇ 'ਚ ਘੁੰਮ ਪੈਂਦਾ, ਗਰੁੱਪ ਬਣੇ ਹੋਏ ਨੇ। ਫਿਰ ਉਹ ਸੋਚਦਾ ਕਿ ਗੂਗਲ ਬਾਬੇ ਤੋਂ ਸਾਰੀ ਚੀਜ਼ ਸਹੀ ਮਿਲ ਰਹੀ ਹੈ, ਇੱਥੇ ਮੈਂਟੈਲਿਟੀ ਪਹੁੰਚਾ ਦਿੱਤੀ ਨਾ, ਵਿਕੀਪੀਡੀਆ ਤੋਂ ਦੇਖ ਲਓ ਜੀ, ਗੂਗਲ ਤੋਂ ਸਰਚ ਮਾਰ ਲਓ। ਮੈਂ ਦੇਖਿਆ ਜੀ, ਮੈਂ ਦੇਖਿਆ ਭਾਜੀ, ਤੁਸੀਂ ਗੂਗਲ 'ਤੇ ਪੂਰੀ ਸਰਚ ਮਾਰ ਲਓ, ਜਿਹੜੇ 6-7 ਐਪੀਸੋਡ ਤੁਸੀਂ ਅਨੰਦਪੁਰ ਸਾਹਿਬ ਮਤੇ ਬਾਰੇ ਕੀਤੇ ਆ, ਗੂਗਲ 'ਤੇ ਇੱਕ ਅੱਖਰ ਨਿਕਲ ਆਏ। ਓਕੇ, ਤੁਸੀਂ ਨੌਜਵਾਨਾਂ ਮੇਰੇ ਕਹੇ 'ਤੇ ਨੌਜਵਾਨ ਮਾਰ ਲੈਣ ਸਰਚ, ਜੋ ਨਿਕਲੇਗਾ ਉਹ ਸਰਕਾਰੀ ਪੱਖ ਨਿਕਲੇਗਾ। ਅੱਛਾ ਜੀ, ਜੋ ਸਰਕਾਰ ਦੱਸਣਾ ਚਾਹੁੰਦੀ ਹੈ ਉਹ ਨਿਕਲੇਗਾ। ਪੰਥ ਨੇ ਆਪਣੀ ਕੋਸ਼ਿਸ਼ ਹੀ ਨਹੀਂ ਕੀਤੀ, ਪੰਥਕ ਲਿਖਾਰੀਆਂ ਨੇ ਕੋਸ਼ਿਸ਼ ਨਹੀਂ ਕੀਤੀ, ਵਿਸ਼ਵ ਵਿਦਿਆਲਿਆ ਨੇ, ਖਾਲਸਾ ਕਾਲਜਾਂ ਨੇ, SGPC ਨੇ, ਸੰਘਰਸ਼ਰਤ ਧਿਰਾਂ ਨੇ ਖੁਦ ਨਹੀਂ ਕੋਸ਼ਿਸ਼ ਕੀਤੀ ਜੀ। ਤੁਸੀਂ ਵਿਕੀਪੀਡੀਆ ਦਾ ਇਸਤੇਮਾਲ ਕਰਕੇ ਦੇਖੋ, ਤੁਸੀਂ ਸਿੱਖ ਸਾਈਟਾਂ ਦਾ ਇਸਤੇਮਾਲ ਕਰਕੇ ਦੇਖ ਲਓ। ਮੈਂ ਤਾਂ ਇੱਥੋਂ ਤੱਕ ਕਹਿ ਰਿਹਾ, ਬੜੀਆਂ ਸਿੱਖ ਸਾਈਟਾਂ ਬਣੀਆਂ ਹੋਈਆਂ ਨੇ, ਤੁਸੀਂ ਉਸ ਤੇ ਅਨੰਦਪੁਰ ਸਾਹਿਬ ਦੇ ਮਤੇ ਜਿਹੜੀ ਆਪਾਂ ਗੱਲ ਕੀਤੀਆਂ ਨੇ ਇਹ ਉਧਰ ਆਪਾਂ ਨੂੰ ਨਹੀਂ ਮਿਲਣਗੀਆਂ। ਇਸ ਕਰਕੇ ਅੱਜ ਫਿਰ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਕਿਹੜੀ ਚੀਜ਼ ਸਾਨੂੰ ਅੱਜ ਸੁਣਾਉਣ ਲੱਗੇ ਹੋ, ਕਿਉਂਕਿ ਸਾਡੇ ਦਰਸ਼ਕ ਬੜੀ ਉਕਸੁਕਤਾ ਨਾਲ ਇਹ ਪ੍ਰੋਗਰਾਮ ਦੇਖਦੇ ਨੇ ਕਿ ਅਨੰਦਪੁਰ ਸਾਹਿਬ ਦੇ ਮਤੇ ਦੇ ਬਾਰੇ ਅਸੀਂ ਜਾਣਕਾਰੀ ਲਈਏ। ਮੈਂ ਅੱਜ ਵੀਰ ਜੀ ਪਹਿਲਾਂ ਬੇਨਤੀ ਇਹ ਕਰਾਂਗਾ ਕਿ ਵੀ ਇਹ ਪੁਸਤਕ ਵਿੱਚ ਮੈਂ ਸਾਰਾ ਕੁਛ ਦਿੱਤਾ ਜੀ, ਹਾਲਾਂਕਿ ਇਸ ਪੁਸਤਕ ਦਾ ਆਕਾਰ, ਜੋ ਪੁਸਤਕ ਤੁਸੀਂ ਦੇਖ ਰਹੇ ਹੋ, ਇਸ ਤੋਂ 10 ਗੁਣਾ ਹੋ ਸਕਦਾ ਸੀ, ਪਰ ਜਿਸ ਵੇਲੇ ਮੈਂ ਖਾਲਿਸਤਾਨ ਉਸਦਾ ਸੰਕਲਪ ਅਤੇ ਪ੍ਰਣਾਲੀ ਪੂਰੀ ਸਿਸਟਮ ਦਿੱਤਾ ਖਾਲਿਸਤਾਨ ਦਾ, ਉਦੋਂ ਲੋਕਾਂ ਨੇ ਕਿਹਾ ਜੀ 850 ਸਫ਼ੇ ਪੜ੍ਹੇ ਨਹੀਂ ਜਾਂਦੇ ਸੰਖੇਪ, ਕਿਉਂਕਿ ਬੜੀ ਵੱਡੀ ਇੱਕ, ਮੈਂ ਬੜੇ ਦਰਦ ਨਾਲ ਤੁਹਾਨੂੰ ਗੱਲ ਕਹਿਣ ਲੱਗਾ, ਸ਼ਾਇਦ ਉਹ ਦਰਦ ਤੁਹਾਡਾ ਚੈਨਲ ਸਮਝੇ ਮੇਰੀ ਗੱਲ ਜੀ। ਸਿੱਖ ਦਾ ਗੁਰੂ ਸ਼ਬਦ ਹੈ ਜੀ, ਮੰਨਦੇ ਹੋ ਨਾ ਜੀ, ਅਤੇ ਸਿੱਖ ਨੂੰ ਸ਼ਬਦ ਤੋਂ ਹੀ ਤੋੜ ਲਿਆ ਗਿਆ, ਸਿੱਖ ਪੜ੍ਹਨਾ ਹੀ ਨਹੀਂ ਚਾਹੁੰਦਾ, ਪੁਸਤਕ ਤਾਂ ਪੜ੍ਹਨਾ ਹੀ ਨਹੀਂ ਚਾਹੁੰਦਾ ਸਿੱਖ, ਇਹ ਪੁਸਤਕ ਵਿੱਚ ਕੀ ਹੈ, ਅੱਖਰ ਅੱਖਰ ਕੀ ਹੈ, ਸ਼ਬਦਾਂ ਨਾਲ ਹੀ ਬਣਿਆ ਨਾ, ਸਿਰ ਗੁਰਬਾਣੀ ਸ਼ਬਦ ਨਹੀਂ ਹੈ, ਸਿੱਖ ਦਾ ਗੁਰੂ ਗਿਆਨ ਸ਼ਬਦ ਹੈ, ਤੁਰਕੀ ਬਾਣੀ ਆਈ, ਅਕਾਲ ਨਾਲ ਜੁੜਨਾ ਉਹਨੇ ਸ਼ਬਦ ਰਾਹੀਂ ਜੀ। ਅਤੇ ਜੇ ਅੱਖਰ ਹੀ ਨਹੀਂ ਪੜ੍ਹੇਗਾ, ਅੱਖਰ ਤੋਂ ਤੋੜ ਕੇ
ਉਹਨੂੰ ਕੰਨ ਰਸ ਤੂਤੀਆਂ ਲਵਾ ਦਿੱਤੀਆਂ ਸਿਸਟਮ ਨੇ ਨੈਟ ਇੰਟਰਨੈਟ ਨੇ ਤਾਂ ਵੀ ਦੋਨੋਂ ਕੰਨਾਂ 'ਚ ਤੁੰਨ ਲਾ ਸਾਹਮਣੇ ਮੂਵੀ ਦੇਖ ਲੈ ਸਾਰਾ ਰੱਬ ਇਹੀ ਹੈ ਅਤੇ ਸਾਨੂੰ ਭਟਕਾ ਦਿੱਤਾ ਗਿਆ। ਸਭ ਤੋਂ ਘੱਟ ਪੰਜਾਬੀ 'ਚ ਲਿਖਿਆ ਜਾਂਦਾ ਜੇ ਸਭ ਤੋਂ ਘੱਟ ਪੰਜਾਬੀ 'ਚ ਛਪਦਾ ਜੇ ਔਰ ਸਭ ਤੋਂ ਵੱਡੀ ਮੁਸੀਬਤ ਹੈ ਕਿ ਸਭ ਤੋਂ ਘੱਟ ਪੰਜਾਬੀ ਦੀਆਂ ਪੁਸਤਕਾਂ ਵਿਕਦੀਆਂ ਜੇ ਕਿਸੇ ਮਰਜ਼ੀ ਪ੍ਰਕਾਸ਼ਕ ਨੂੰ ਮਿਲੋ ਕਿਸੇ ਵੀ ਲਿਖਾਰੀ ਦੀ ਪੁਸਤਕ 250 ਸਾਢੇ 300 ਤੋਂ ਵੱਧ ਨਹੀਂ ਛਪਦੀ। ਯੂਨੀਵਰਸਿਟੀਆਂ ਦੇ ਛਾਪੇ ਖਾਨੇ ਦੀਆਂ ਤੁਸੀਂ ਦੇਖ ਲਓ ਐਡੀਸ਼ਨਾਂ ਕਿੱਥੇ ਪਹੁੰਚ ਗਈਆਂ ਨੇ 300 ਕਾਪੀ 500 ਕਾਪੀ ਉਹ 300 ਕਾਪੀ 500 ਕਾਪੀ ਜਾਂਦੀ ਕਿੱਥੇ ਆ ਆਪਸ ਵਿੱਚ ਹੀ ਪ੍ਰੋਫੈਸਰ ਵੰਡ ਲੈਂਦੇ ਨੇ ਕਹਾਣੀ ਖਤਮ। ਸਾਡਾ ਗਿਆਨ ਦਾ ਪੱਧਰ ਇੱਥੇ ਮਾਰ ਦਿੱਤਾ ਗਿਆ। ਓਕੇ ਮੈਂ ਗੱਲਾਂ ਇਸ ਤੋਂ ਪਹਿਲਾਂ ਕਿਸੇ ਨੇ ਕੀਤੀਆਂ ਵੀ ਨਹੀਂ ਕੀਤੀ ਇਹ ਤੁਸੀਂ ਜੋ ਸਾਨੂੰ ਦੱਸ ਦਿੰਦੇ ਹੋ ਨਾ ਔਰ ਸਾਡੇ ਦਰਸ਼ਕ ਐਵੇਂ ਨਹੀਂ ਇਸ ਗੱਲ ਦੀ ਮੰਗ ਕਰਦੇ ਕਿ ਪ੍ਰੋਗਰਾਮ ਦੁਬਾਰਾ ਲੈਣ ਜਾਓ ਦੁਬਾਰਾ ਜਾ ਕੇ ਦਰਵਾਜ਼ਾ ਖੜਕਾਓ। ਮੈਂ ਕਿਸੇ ਦਾ ਇਹਨਾਂ ਦਰਸ਼ਕਾਂ ਦਾ ਰੱਬ ਰੂਪ ਸਰੋਤਿਆਂ ਦਾ ਭੇਜਿਆ ਹੋਇਆ ਹੁੰਦਾ ਵਾਂ ਕਿਉਂਕਿ ਇਹ ਬਕਾਇਦਾ ਮੇਰੀ ਇੱਕ ਜ਼ਿੰਮੇਵਾਰੀ ਲਾ ਦਿੰਦੇ ਨੇ ਅਤੇ ਇਹ ਇਸੇ ਕਰਕੇ ਹੀ ਵੀਰ ਜੀ ਤੁਹਾਡੇ ਕੋਲ ਅਸੀਂ ਆਉਂਦੇ ਹਾਂ ਕਿਉਂਕਿ ਸਾਨੂੰ ਜੋ ਗਿਆਨ ਕਈ ਵਾਰੀ ਤੁਹਾਡੇ ਕੋਲੋਂ ਮਿਲਦਾ ਹੈ ਨਾ ਔਰ ਜੋ ਸੱਚ ਤੁਸੀਂ ਬਿਆਨ ਕਰ ਜਾਂਦੇ ਹੋ ਇਹ ਹਰ ਕੋਈ ਸੱਚ ਇਸ ਤਰ੍ਹਾਂ ਦਾ ਬਿਆਨ ਵੀ ਨਹੀਂ ਕਰਦਾ। ਅੱਜ ਮਤਾ ਸ੍ਰੀ ਅਨੰਦਪੁਰ ਸਾਹਿਬ ਦਾ ਸਾਨੂੰ ਦੱਸੋ ਵੀ ਕਿਹੜੀ ਚੀਜ਼ ਸਾਨੂੰ ਅੱਜ ਮੈਂ ਤੁਹਾਡੇ ਨਾਲ ਕਿਉਂਕਿ ਅਸੀਂ ਪਿੱਛੇ ਆਰਥਿਕ ਸਮਾਜਕ ਮੰਗਾਂ ਪੂਰੀਆਂ ਕਰ ਚੁੱਕੇ ਹਾਂ ਕਿਸਾਨੀ ਵੀ ਕਰ ਚੁੱਕੇ ਹਾਂ ਫੌਜੀ ਵੀ ਮੁਲਾਜ਼ਮਤ ਦੀਆਂ ਵੀ ਜੀ। ਅਕਾਲੀ ਦਲ ਨੇ ਇੱਕ ਹੋਰ ਬਹੁਤ ਵੱਡਾ ਅਹਿਦ ਕੀਤਾ ਸੀ ਕਿ ਜੇ ਮੇਰੀ ਸਰਕਾਰ ਅਕਾਲੀ ਦਲ ਦੀ ਸਰਕਾਰ ਚੰਡੀਗੜ੍ਹ 'ਚ ਬਣਦੀ ਹੈ ਤਾਂ ਉਹ ਰਾਜਸੀ ਨਿਸ਼ਾਨਾ ਕੀ ਪੂਰਾ ਕਰਕੇ ਦੇਵੇਗੀ ਖਾਲਸਾ ਪੰਥ ਨੂੰ। ਮੈਂ ਪਹਿਲਾਂ ਬਾਕੀ ਸਾਰੇ ਕਰ ਦਿੱਤੇ ਅੱਜ ਮੈਂ ਰਾਜਸੀ ਨਿਸ਼ਾਨੇ ਦੀ ਗੱਲ ਕਰਨਾ ਚਾਹੁੰਦਾ ਜੀ। ਨਿਰੋਲ ਇੱਕੋ ਗੱਲ ਜੀ ਬੜੀ ਅਹਿਮ ਗੱਲ ਆ ਜੀ ਰਾਜਸੀ ਨਿਸ਼ਾਨੇ ਦੀ ਗੱਲ ਜਿਹੜੀ ਹੈ ਹੁਣ ਅਕਾਲੀ ਇਸ ਮਤੇ 'ਚ ਸਪਸ਼ਟ ਲਿਖਿਆ ਰਾਜਸੀ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ ਜੀ। ਠੀਕ ਆ ਜੀ ਇਹ ਕਿੰਨੇ ਨੰਬਰ ਗਦਾਰੀ ਹੈ ਜੀ? ਇਹ ਗਦਾਰੀ ਨੰਬਰ ਆ ਜਾਂਦੀ ਹੈ ਜੀ 69 ਕਿਉਂਕਿ ਤੁਸੀਂ ਗਦਾਰੀ ਲਿਖਿਆ ਨਾ ਜੀ। ਮੈਂ ਬਿਲਕੁਲ ਮੈਂ ਨਾਲ ਨਾਲ ਤੁਹਾਡੀ ਲੈਂਗੁਏਜ ਵਿੱਚ ਬੋਲਣ ਲੱਗ ਪਏ। ਹਾਂਜੀ ਨਹੀਂ ਨਹੀਂ ਮੈਂ ਕਿਤਾਬ ਵਿੱਚ ਲਿਖਿਆ ਮੈਂ ਤਾਂ ਦੇਖੋ ਜੀ ਕਿਤਾਬ ਛਪੇ ਹੋਏ ਪਹਿਲਾ ਐਡੀਸ਼ਨ 6 ਸਾਲ ਪਹਿਲਾਂ ਆਇਆ ਸਰਕਾਰ ਇਹਨਾਂ ਦੀ ਸਰਕਾਰ ਦੀ ਹੋਂਦ 'ਚ ਆਇਆ। ਜੇ ਮੈਂ ਇਹਨੂੰ ਗਲਤ ਲਿਖਦਾ ਝੂਠ ਲਿਖਦਾ ਮਤਾ ਗਲਤ ਛਪਦਾ ਤਾਂ ਹੁਣ ਤੱਕ ਇਹਨਾਂ ਨੇ ਮੇਰੇ 'ਤੇ ਮੁਕੱਦਮੇ ਕੀਤੇ ਹੋਣੇ ਕਈ ਮੁਕੱਦਮੇ ਹੋ ਜਾਣੇ ਸੀ ਇੱਕ ਅੱਧ ਨਹੀਂ ਕਈ ਹੋ ਜਾਣੇ ਸੀ। ਹੁਣ ਸੰਗਤ ਦੀ ਡਿਮਾਂਡ 'ਤੇ ਇਹਦਾ ਸੈਕਿੰਡ ਐਡੀਸ਼ਨ ਆ ਗਿਆ ਹੋ ਸਕਦਾ ਹੁਣ ਚੈਨਲ ਦੇ ਤੁਹਾਡੀ ਕਿਰਪਾ ਨਾਲ ਲੋਕ ਪੜ੍ਹਨ ਅਤੇ ਇਹਦਾ ਥਰਡ ਐਡੀਸ਼ਨ ਵੀ ਆ ਜਾਏ। ਨਹੀਂ ਬਿਲਕੁਲ ਮੈਂ ਆਪਣੇ ਵੱਲੋਂ ਵੀ ਸੰਗਤ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਵੀ ਕਿਰਪਾ ਕਰਕੇ ਉਹ ਨਾ ਪੜ੍ਹੋ ਜੋ ਸਰਕਾਰਾਂ ਸਾਨੂੰ ਪੜ੍ਹਾਉਣਾ ਚਾਹੁੰਦੀਆਂ ਨੇ ਕਿਰਪਾ ਕਰਕੇ ਉਹ ਵੀ ਪੜ੍ਹੋ ਜਿਨ੍ਹਾਂ ਤੋਂ ਸਰਕਾਰਾਂ ਨੂੰ ਤਕਲੀਫ ਹੈ ਅਤੇ ਤੁਹਾਡੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ। ਕਿਰਪਾ ਕਰਕੇ ਇਸ ਕਿਤਾਬ ਨੂੰ ਪੜ੍ਹਨ ਦਾ ਮੰਗਵਾਉਣ ਦਾ ਪ੍ਰਦੇਸ਼ਾਂ ਦੇ ਵਿੱਚੋਂ ਵੀ ਯਤਨ ਕਰਿਆ ਜੇ ਔਰ ਅਸੀਂ ਅਕਾਲ ਚੈਨਲ ਵੱਲੋਂ ਵੀ ਕੋਸ਼ਿਸ਼ ਕਰਾਂਗੇ ਕਿ ਇਹ ਕਿਤਾਬ ਸਾਡੇ ਅਕਾਲ ਚੈਨਲ ਦੇ ਰਾਹੀਂ ਵੀ ਅੱਗੇ ਜਾਵੇ ਦੂਰ ਤੱਕ ਜਾਵੇ। ਹੁਣ ਰਾਜਸੀ ਨਿਸ਼ਾਨਾ ਪਹਿਲਾਂ ਮੈਂ ਹੂ ਬਹੂ ਪੜ੍ਹ ਦਿੰਦਾ ਜੀ। ਅਕਾਲੀ ਦਲ ਨੇ ਆਪਣਾ ਕੀ ਨੀਅਤ ਕੀਤਾ ਲਿਖਤ ਪੱਧ ਦਿੱਤਾ ਇਲੈਕਸ਼ਨ ਕਮਿਸ਼ਨਰ ਨੂੰ ਵੀ ਦਿੱਤਾ ਜੀ। ਪਾਰਲਾਮੈਂਟ 'ਚ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ 5-ਮੈਂਬਰੀ ਕਮੇਟੀ ਬਣੀ ਉਹਦੇ 'ਚ ਇੱਕ ਮੈਂਬਰ ਮੈਂ ਸੀ ਜਿਹੜਾ ਦੇਣ ਗਏ ਹਾਂ। ਠੀਕ ਆ ਨਾ ਜੀ ਇਸ ਕਰਕੇ ਅਕਾਲੀ ਦਲ ਮੁੱਕਰ ਨਹੀਂ ਸਕਦਾ ਜੀ। ਜਦ ਤੱਕ ਮੈਂ ਜਿਉਂਦਾ ਮੈਂ ਨਹੀਂ ਮੁੱਕਰਨ ਦਿੰਦਾ ਮੇਰੇ ਤੋਂ ਬਾਅਦ ਕੀ ਹੋਏਗਾ ਇਹ ਪੰਥ ਦੇ ਨੌਜਵਾਨ ਜਾਣ ਜੀ। ਪੰਥਕ ਰਾਜਸੀ ਨਿਸ਼ਾਨਾ ਨਿਸ਼ਚੇ ਤੌਰ 'ਤੇ ਸਾਹਿਬ ਦਸਮ ਪਾਤਸ਼ਾਹ ਦੇ ਆਦੇਸ਼ਾਂ ਸਿੱਖ ਇਤਿਹਾਸ ਦੇ ਪੰਨਿਆਂ ਅਤੇ ਖਾਲਸਾ ਪੰਥ ਦੇ ਮਨ ਮੰਦਰ 'ਤੇ ਵਿੱਚ ਉਕਰਿਆ ਚੱਲਿਆ ਆ ਰਿਹਾ ਹੈ ਜਿਸ ਦਾ ਮਕਸਦ ਖਾਲਸਾ ਜੀ ਦੇ ਬੋਲਬਾਲੇ ਹੈ। ਵਾਹ ਜੀ ਵਾਹ ਬਿਲਕੁਲ ਸਪਸ਼ਟ ਇਨਵਰਟਡ ਕਾਮੇ 'ਚ ਹੈ ਡਬਲ ਇਨਵਰਟਡ ਕਾਮੇ 'ਚ ਹੈ ਫੋਟੋ ਲਾਈ ਹੈ ਮੈਂ ਖਾਲਸਾ ਜੀ ਕੇ ਬੋਲਬਾਲੇ ਡਬਲ ਇਨਵਰਟਡ ਕਾਮੇ 'ਚ ਜੀ ਹੈ ਖਾਲਸਾ ਜੀ ਦੇ ਇਸ ਜਨਮ ਸਿੱਧ ਅਧਿਕਾਰ ਇਸ ਜਨਮ ਸਿੱਧ ਅਧਿਕਾਰ ਨੂੰ ਦ੍ਰਿਸ਼ਟ ਮਾਨ ਕਰਨ ਲਈ ਲੋੜੀਂਦੇ ਦੇਸ਼ ਕਾਲ ਅਤੇ ਰਾਜਸੀ ਵਿਧਾਨ ਦੀ ਸਿਰਜਣਾ ਲੋੜੀਂਦੇ ਦੇਸ਼ ਕਾਲ ਅਤੇ ਰਾਜਸੀ ਵਿਧਾਨ ਦੀ ਸਿਰਜਣਾ ਮੈਂ ਫਿਰ ਰਿਪੀਟ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ। ਹੁਣ ਨੀਂਹ ਦਾ ਮਤਲਬ ਜੇ ਇਸ ਬੁਨਿਆਦੀ ਢਾਂਚੇ ਦਾ ਮਤਲਬ ਇਹ ਹੈਗਾ ਕਿ ਜੇ ਸੱਤਾ 'ਚ ਅਕਾਲੀ ਦਲ ਚੰਡੀਗੜ੍ਹ 'ਚ ਆ ਜਾਂਦਾ
ਤੇ ਉਹ ਸੱਤਾ ਦੀ ਸਰਕਾਰ ਦੀ ਨੀਂਹ ਇਹ ਹੋਏਗੀ, ਨੀਂਹ ਇਹ ਰੱਖੀ ਜਾਏਗੀ ਕਿ ਜਿਸ ਵਿੱਚੋਂ ਖਾਲਸਾ ਜੀ ਕੇ ਬੋਲਬਾਲੇ ਦੀ ਬਿਲਡਿੰਗ ਉਸਰੇ ਤੇ ਅਜਿਹਾ ਦੇਸ਼ ਕਾਲ ਪੰਜਾਬ ਬਣੇ ਜਿਸ ਸਾਡਾ ਸਿੱਖੀ ਜਜ਼ਬਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਣਾਲੀ ਤੇ ਸਿਧਾਂਤ ਨੂੰ ਲਾਗੂ ਕੀਤਾ ਜਾ ਸਕੇ। ਮਨ ਮੰਦਰ, ਸਿੱਖਾਂ ਦੇ ਮਨ ਮੰਦਰ ਤੇ ਕੀ ਉਕਰਿਆ ਹੋਇਆ, ਇਹੀ ਚੀਜ਼ ਉਕਰੀ ਹੋਈ ਹੈ ਇਹਨਾਂ ਨੇ। ਔਰ ਪੰਜਾਬ ਲਈ ਸਿੱਖ ਤੋਂ ਸਿਵਾ ਕਦੇ ਕਿਸੇ ਦੂਸਰੇ ਨੇ ਸੰਘਰਸ਼ ਨਹੀਂ ਜੀ ਕੀਤਾ ਜੀ, ਇਹ ਵੀ ਆਨ ਰਿਕਾਰਡ ਹੈਗਾ, ਠੀਕ ਹੈ ਨਾ ਜੀ। ਫਿਰ ਕੀ ਕਹਿੰਦਾ, ਲੋੜੀਂਦੇ ਦੇਸ਼ ਕਾਲ ਤੇ ਰਾਜਸੀ ਵਿਧਾਨ ਦੀ ਸਿਰਜਣਾ। ਰਾਜਸੀ ਵਿਧਾਨ ਮਤਲਬ ਪ੍ਰਣਾਲੀ ਜੀ, ਕਿ ਪੰਜਾਬ ਦੀ ਪ੍ਰਣਾਲੀ ਨੂੰ ਅਸੀਂ ਖਾਲਸਾ ਜੀ ਕੇ ਬੋਲਬਾਲੇ ਦੇ ਸਿਧਾਂਤ ਦੇ ਅਧੀਨ ਖਾਲਸੇ ਦੇ ਸੰਕਲਪ ਵਿੱਚ ਮੂਰਤੀਮਾਨ ਕਰ ਦਾਂਗੇ। ਮੈਂ ਕਹਿੰਦਾ ਜੀ ਇਸ ਕੰਮ ਲਈ, ਦੇਖੋ ਮੈਂ ਆਪਣੀ ਐਗਜਾਮਪਲ ਤਾਂ ਦਿੰਦਾ ਕਿਉਂਕਿ ਮੈਂ ਦੂਸਰੇ ਨੂੰ ਕਿਉਂ ਨਿੰਦਾ ਜੀ। ਔਰ ਪਹਿਲੀ ਗੱਲ ਹੈ ਮੱਖੂ ਸਾਹਿਬ ਕਿ ਅਸੀਂ ਜਿੰਨੇ ਪ੍ਰੋਗਰਾਮ ਕਰ ਰਹੇ ਹਾਂ ਕਿਸੇ ਦੀ ਨਿੰਦਿਆ ਹੀ 'ਚ ਨਹੀਂ ਕਰ ਰਹੇ ਜੀ, ਕਿਸੇ ਨੂੰ ਭੰਡ ਨਹੀਂ ਰਹੇ। ਜੇ ਮੈਂ ਕਿਸੇ ਦਾ ਨਾਂ ਲੈ ਰਿਹਾ, ਮਜਬੂਰੀ ਅਸ ਉੱਥੇ ਨਾਂ ਲੈਣਾ ਜ਼ਰੂਰੀ ਹੈ ਤਾਂ ਨਾਂ ਲੈ ਰਿਹਾ, ਨਹੀਂ ਤਾਂ ਨਾਂ ਲੈਣ ਦੀ ਵੀ ਲੋੜ ਨਹੀਂ। ਜੇ ਮੈਂ ਉਂਝ ਗੱਲ ਕਰ ਜਾਂ ਕਿ ਜੀ ਅੱਜ ਹੋਣਾ ਚਾਹੀਦਾ ਸੀ, ਫਿਰ ਕਿ ਸਿੱਖ ਨੂੰ ਸਮਝ ਨਹੀਂ ਆਉਣੀ, ਕਿਉਂਕਿ ਜ਼ਿੰਮੇਵਾਰ ਬੰਦੇ ਨੂੰ ਜ਼ਿੰਮੇਵਾਰ ਤੁਹਾਨੂੰ ਦੱਸਣ ਦੀ ਆਦਤ ਪਾਉਣੀ ਚਾਹੀਦੀ ਹੈ। ਜੇ ਜ਼ਿੰਮੇਵਾਰ ਬੰਦੇ ਨੂੰ ਅਸੀਂ ਜ਼ਿੰਮੇਵਾਰੀ ਤੋਂ ਦੇ ਦਾਂਗੇ, ਉਹਨੂੰ ਧਨ ਵੀ ਦੇ ਦਾਂਗੇ, ਸ਼ਕਤੀ ਵੀ ਦੇ ਦਾਂਗੇ, ਸੱਤਾ ਵੀ ਦੇ ਦਾਂਗੇ, ਤੇ ਫਿਰ ਬਾਅਦ ਵਿੱਚ ਉਹਦਾ ਨਾਂ ਵੀ ਨਾ ਲਈਏ ਕਿ ਬਈ ਇਹ ਸਾਡੇ ਨਾਲ ਇਹ ਕਰ ਗਿਆ ਜੀ, ਫਿਰ ਪੰਥ ਆਪਣੇ ਆਪ ਨਾਲ ਗੱਦਾਰੀ ਕਰਦਾ ਜੀ। ਮੈਂ ਘੱਟੋ ਘੱਟ ਉਹ ਕੰਮ ਨਹੀਂ ਕਰਵਾਉਣਾ ਚਾਹੁੰਦਾ ਕੌਮ ਤੋਂ। ਹੁਣ ਅਕਾਲੀ ਦਲ ਨੇ ਸੱਤਾ ਲਈ, ਸੱਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ, ਪੂਰੀ ਵਰਕਿੰਗ ਕਮੇਟੀ ਅਕਾਲੀ ਦਲ ਦੀ ਮਿਲੀ, ਉਹ ਸੱਤਾ ਜੂਨ 84 ਤੀਜੇ ਘੱਲੂਘਾਰ ਤੋਂ ਬਾਅਦ ਮਿਲੀ। ਤੀਜੇ ਘੱਲੂਘਾਰ ਤੋਂ ਬਾਅਦ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ 3 ਵਾਰੀ ਮੁੱਖ ਮੰਤਰੀ ਬਣ ਗਿਆ ਜੀ। ਉਹਨੂੰ ਚਾਹੀਦਾ ਸੀ ਕਿ ਇਸ ਅਨੰਦਪੁਰ ਸਾਹਿਬ ਮਤੇ ਦੀ ਇਨ ਬਿਨ ਜੋ ਗੱਲਾਂ ਉਹਨਾਂ ਨੇ ਪ੍ਰਣ ਕੀਤੀਆਂ ਨੇ, ਅਤੇ ਮੈਂ ਪਹਿਲੀ ਫੋਟੋ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਤਲਵੰਡੀ ਸਾਹਿਬ, ਟੋਲਾ ਸਾਹਿਬ, ਸੇਖਵਾਂ ਸਾਹਿਬ, ਸੁਖਜਿੰਦਰ ਸਿੰਘ ਜੀ, ਬਲਵੰਤ ਸਿੰਘ ਰਾਮੂਵਾਲੀਆ, ਇਹ ਪਹਿਲੀ ਕਤਾਰ ਦੇ ਲੀਡਰਾਂ ਦੀ ਲਾਈ ਹੈ ਜੀ, ਜਿਹੜੇ ਕਾਲਾ ਪੱਟਾ ਬੰਨ ਕੇ ਅਕਾਲ ਤਖ਼ਤ ਸਾਹਿਬ 'ਤੇ ਅਰਦਾਸਾਂ ਸੋਧ ਰਹੇ ਨੇ ਕਿ ਜੀ ਸਾਡਾ ਸਿਰ ਜਾਵੇ ਤਾਂ ਜਾਵੇ, ਸਿੱਖੀ ਸਿਦਕ ਨਾ ਜਾਵੇ। ਪਰ ਜਿਹੜੇ ਰਾਜ ਦਾ ਸੰਕਲਪ ਇਹਦੇ ਵਿੱਚ ਲਿਖਿਆ ਹੋਇਆ, ਮੈਂ ਉਹੀ ਗੱਲ ਹੁਣ ਤੁਹਾਡੇ ਨਾਲ ਕਰਨਾ ਚਾਹੁੰਦਾ, ਉਹ ਸੰਕਲਪ ਕਿਤੇ ਨਜ਼ਰ ਹੀ ਨਹੀਂ ਆ ਰਿਹਾ। ਸੰਕਲਪ, ਉਹ ਸੰਕਲਪ ਦਾ ਇਹਨਾਂ ਨੇ ਬੀਜ ਨਾਸ਼ ਕਰਾਤਾ ਜੀ। ਸੰਕਲਪ ਨਜ਼ਰ ਤਾਂ ਕੀ ਆਉਣਾ ਸੀ, ਸੰਕਲਪ ਦਾ ਹੀ ਮੱਖੂ ਸਾਹਿਬ ਇਹਨਾਂ ਨੇ ਬੀਜ ਨਾਸ਼ ਕਰਾਤਾ। ਪਹਿਲੀ ਗੱਲ, ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਡਿਕਲੇਅਰ ਕਰਤਾ, ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਅਨੰਦਪੁਰ ਸਾਹਿਬ ਦਾ ਮਤਾ ਇਹ ਕਹਿ ਰਿਹਾ, ਮੈਂ ਪਹਿਲੇ ਐਪੀਸੋਡ ਵਿੱਚ ਤੁਹਾਡੇ ਨਾਲ ਗੱਲ ਸ਼ੁਰੂ ਇੱਥੋਂ ਕੀਤੀ ਸੀ। ਹੁਣ ਬੀਜ ਨਾਸ਼ ਦੇਖੋ, ਆਪਣੇ ਰਾਜਸੀ ਹੱਕਾਂ ਦਾ ਬੀਜ ਨਾਸ਼ ਸ਼੍ਰੋਮਣੀ ਅਕਾਲੀ ਦਲ ਨੇ ਚੰਦ 2-4 ਸੀਟਾਂ ਲਈ ਭਾਜਪਾ ਦੀਆਂ ਆਪਣਾ ਖਾਲਸਾ ਪੰਥ ਦਾ 100% ਖਤਮ ਕਰਾਤਾ, ਆਪਣੀ ਨੂੰਹ ਨੂੰ ਕਹਿ ਲਓ ਇਹਨੇ ਬਣਾ ਲਿਆ ਜੀ ਕੈਬਿਨੇਟ ਮੰਤਰੀ, ਕਿਸੇ ਉਹਦੇ ਭਰਾ ਨੂੰ ਬਣਾ ਲਿਆ, ਸੁਖਵੀਰ ਦੇ ਸਾਹਲੇ ਨੂੰ ਬਣਾ ਲਿਆ, ਆਪਣੇ ਰਿਸ਼ਤੇਦਾਰਾਂ ਨੂੰ, ਇਹਨਾਂ ਵਾਸਤੇ ਹੀ ਹੈ ਨਾ ਜੀ। ਅਤੇ ਹੋਇਆ ਕੀ ਕਿ ਭਾਜਪਾ ਦੀ RSS ਨੂੰ ਖੁਸ਼ ਕਰਨ ਵਾਸਤੇ 100% ਖਾਲਸਾ ਪੰਥ ਦਾ ਬੀਜ ਨਾਸ਼ ਕਰਤਾ। ਕਿਵੇਂ ਕਰਤਾ, ਅਕਾਲੀ ਦਲ ਇਹ ਕਹਿ ਰਿਹਾ, ਅਕਾਲੀ ਦਲ ਕਦੇ ਪੰਜਾਬੀ ਪਾਰਟੀ ਬਣ ਹੀ ਨਹੀਂ ਸਕਦਾ ਜੀ, ਪਹਿਲੀ ਗੱਲ। ਜੇ ਉਹਨੇ ਪੰਜਾਬੀ ਪਾਰਟੀ ਬਣਨਾ ਤੇ ਅਨੰਦਪੁਰ ਸਾਹਿਬ ਦੇ ਮਤੇ ਦਾ ਕਤਲ ਕਰਕੇ ਬਣਨਾ, ਓਕੇ, ਉਸ ਤੋਂ ਬਗੈਰ ਨਹੀਂ ਬਣ ਸਕਦਾ। ਜੇ ਉਹਨੇ ਪੰਜਾਬੀ ਪਾਰਟੀ ਬਣਨਾ ਤੇ ਸ੍ਰੀ ਕੇਸਗੜ੍ਹ ਸਾਹਿਬ, ਅਖੰਡ ਪਾਠ ਸਾਹਿਬ ਰਖਾਣ ਤੋਂ ਬਾਅਦ ਪਾਸ ਕਰਵਾਏ ਗਏ ਇਸ ਮਤੇ ਨੂੰ ਪੈਰਾਂ ਥੱਲੇ ਰੋਲ ਕੇ ਬਣਨਾ, ਮਤਲਬ ਗੁਰੂ ਨੂੰ ਪੈਰਾਂ ਥੱਲੇ ਰੋਲਾਉਣਾ ਇਹਨੇ, ਉਸ ਤੋਂ ਬਗੈਰ ਨਹੀਂ ਬਣ ਸਕਦਾ। ਕਿਉਂ ਨਹੀਂ ਬਣ ਸਕਦਾ, ਅਕਾਲੀ ਦਲ ਦਾ ਸਿਧਾਂਤ, ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਸਮੁੱਚੀ ਮਰਜ਼ੀ ਦਾ ਇੱਕੋ ਇੱਕ ਪ੍ਰਗਟਾਓ ਹੈ ਅਤੇ ਪੰਥ ਦੀ ਪ੍ਰਤੀਨਿਧਤਾ ਕਰਨ ਲਈ ਪੂਰਾ ਅਧਿਕਾਰ ਰੱਖਦਾ ਹੈ। ਇਸ ਜਥੇਬੰਦੀ ਦੀ ਬੁਨਿਆਦ ਮਨੁੱਖਤਾ, ਮਨੁੱਖਾਂ ਦੇ ਆਪਸੀ ਸੰਬੰਧ, ਮਨੁੱਖੀ ਗਤੀ ਅਤੇ ਮਨੁੱਖ ਦੇ ਪਰਮ ਤੱਤ ਨਾਲ ਸੰਬੰਧਾਂ ਉੱਤੇ ਰੱਖੀ ਗਈ ਹੈ। ਅਤੇ ਮਨੋਰਥ, ਇਸ ਕੰਮ ਦਾ ਮਨੋਰਥ ਕੀ ਨੀਅਤ ਕੀਤਾ, ਸ਼੍ਰੋਮਣੀ ਅਕਾਲੀ ਦਲ ਹੇਠ ਲਿਖੇ ਮੰਤਵਾਂ ਦੀ ਪੂਰਤੀ ਲਈ ਸਦਾ ਤਤਪਰ ਰਹੇਗਾ।
ਇਹ ਨਹੀਂ ਲਿਖਿਆ ਕਿ ਸੱਤਾ ਵਿੱਚ ਆ ਕੇ ਸੱਤਾ ਹੀ ਚ ਆ ਕੇ ਸਦਾ ਕਿ ਗੁਰਮਤ ਤੇ ਰਹਿਤ ਮਰਿਆਦਾ ਦਾ ਪ੍ਰਚਾਰ ਬੱਲੇ ਬੱਲੇ ਅਤੇ ਨਾਸਤਕਤਾ ਤੇ ਮਨਮਤ ਦਾ ਪ੍ਰਹਾਰ ਕਰੇਗਾ। ਹੁਣ ਤੁਸੀਂ ਦੇਖੋ ਇਹਨਾਂ ਨੇ ਗੁਰਮਤ ਦਾ ਨੂੰ ਪ੍ਰਹਾਰ ਮਾਰਿਆ, ਸੜਕਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਰੁਲਵਾ ਦਿੱਤੇ, ਗੁਰਮਤ ਖਤਮ ਕਰਾ ਦਿੱਤੀ, ਸਿੱਖ ਜਵਾਨੀ ਖਤਮ ਕਰਾ ਦਿੱਤੀ, ਸਿੱਖ ਸਾਈਕੀ ਖਤਮ ਕਰਾ ਦਿੱਤੀ, ਸਿੱਖਾਂ 'ਚੋਂ ਅਣਖ ਖਤਮ ਕਰ ਦਿੱਤੀ ਅਤੇ ਗੁਰਮਤ ਤੋਂ ਉਲਟ ਸੰਤ ਸਾਧ ਪੈਦਾ ਕਰ ਦਿੱਤੇ। ਜੂਨ 84 ਤੋਂ ਪਹਿਲਾਂ ਪੋਟਿਆਂ 'ਤੇ ਗਿਣਨ ਜੋਗੇ ਸੰਤ ਮਿਲਦੇ ਜਾ ਸਾਜੇ। ਹੁਣ ਇੱਟ ਪੁੱਟੋ ਕਿਸੇ ਵੀ ਪਿੰਡ ਦੀ ਤਾਂ ਚਾਰ ਸੰਤ ਉਸਦੇ ਉੱਤੇ ਭੁੜਕ ਕੇ ਬੈਠ ਜਾਂਦੇ ਵੀ ਤੂੰ ਕਿਵੇਂ, ਪੁੱਟਣ ਦੀ ਲੋੜ ਨਹੀਂ, ਉੱਤੇ ਬੈਠੇ ਉੱਤੇ ਹੀ ਬੈਠੇ, ਅਕਾਲੀ ਦਲ ਨੇ ਪੈਦਾ ਕੀਤੇ ਨਾ ਜੀ। ਇਹ ਇਹਨੇ ਮਨਮਤ ਨੂੰ ਉਭਾਰ ਦਿੱਤਾ ਅਤੇ ਗੁਰਮਤ ਨੂੰ, ਉਹੀ ਇਕੱਲੇ ਨਹੀਂ ਅਨਮਤੀਏ ਜਿਹੜੇ ਨੇ, ਅਨਮਤੀਏ ਕਿੰਨੇ ਪੈਦਾ ਹੋ ਗਏ, ਆਸ਼ੂਤੋਸ਼ ਕਿੱਥੋਂ, ਦੇਖੋ ਕਿੰਨੇ ਆਪਾਂ ਕਿਹਦਾ ਕਿਹਦਾ ਨਾਮ ਲਈਏ, ਭਨਿਆਰੇ ਵਾਲਾ, ਭਨਿਆਰੇ ਵਾਲਾ, ਉਹ ਸ਼੍ਰੀ ਬਾਬਾ ਸ਼੍ਰੀ ਸ਼੍ਰੀ, ਉਹ ਬਾਬਾ ਜਿਹੜਾ ਬਲਾਤਕਾਰੀ ਜੇਲ੍ਹ 'ਚ ਚਲਾ ਗਿਆ, 300 ਸਾਲਾਂ ਖਾਲਸੇ ਦਾ ਮਨਾਇਆ ਅਤੇ ਉਹਨੂੰ ਪਹਿਲੀ ਕੁਰਸੀ 'ਤੇ ਬਹਾਤਾ, ਠੀਕ ਆ ਨਾ ਜੀ। ਪਿਓ ਪੁੱਤ ਕਹੇ ਮੈਂ ਤਾਂ ਨਾਂ ਲੈਣਾ ਵੀ ਨਹੀਂ ਚਾਹੁੰਦਾ ਬਲਾਤਕਾਰੀ, ਪਿਓ ਪੁੱਤ ਪਹਿਲੀ ਕਤਾਰੀ 'ਚ ਲਿਆ ਕੇ ਬਹਾਤੇ, ਸਾਰੇ ਥੋਪੇ ਇਹਨਾਂ ਨੇ ਜੀ। ਮੈਂ ਉਹੀ ਕਿਹਾ ਸਿਰਫ 3 ਜਾਂ 4 ਟੁੱਕਰ ਬੋਚ RSS ਦੇ ਆਪਣੇ ਨਾਲ ਰੱਖਣ ਵਾਸਤੇ, ਆਪਣੀ ਚੰਮ ਸੁਰੱਖਿਅਤ ਰੱਖਣ ਵਾਸਤੇ ਟੱਬਰ ਦੀ, ਖਾਲਸਾ ਪੰਥ ਦਾ 100% ਨਾਸ਼ ਕਰਾਇਆ, ਇਹ ਰਾਸੀ ਨਿਸ਼ਾਨਾ ਫੇਰਾ ਲੈ ਕੇ ਤੁਰੇ। ਦੂਸਰਾ ਸਿੰਘਾਂ ਵਿੱਚ ਲਫਜ਼ ਹੈ, ਸਿੰਘਾਂ ਵਿੱਚ ਪੰਥਕ ਆਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ। ਅਤੇ ਭਾਈ ਜਦੋਂ ਤੁਸੀਂ ਆਹ ਅਨੰਦਪੁਰ ਸਾਹਿਬ ਦੇ ਮਤੇ 'ਚ ਅਕਾਲੀ ਦਲ ਦਾ ਮਨੋਰਥ ਤੈਅ ਕਰ ਦਿੱਤਾ, ਠੀਕ ਹੈ ਨਾ ਜੀ, ਅਤੇ ਫਿਰ ਸਰਸੇ ਵਾਲੇ ਦੇ ਖਿਲਾਫ ਤੁਸੀਂ ਕੱਖ ਨਹੀਂ ਕੀਤਾ, ਉਹਦੀਆਂ ਚਿੱਠੀਆਂ ਆਪ ਕੋਠੀ 'ਚ ਲਿਖਵਾਈਆਂ ਜੀ, ਅਤੇ ਜਿਹੜੇ ਸਿੰਘਾਂ ਨੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਨੂੰ ਤੁਸੀਂ ਕਿਹਾ ਅੱਤਵਾਦੀ ਨੇ, ਵੱਖਵਾਦੀ ਨੇ, ਇਹ ਸੈਪਰੇਟਿਸਟ ਨੇ, ਇਹ ਦੇਸ਼ ਦਰੋਹੀ ਨੇ, ਅਤੇ ਅੱਜ ਵੀ ਸੁਖਬੀਰ ਬਾਦਲ ਹੁਣ ਵੀ ਆਪਣੇ ਬਰਗਾੜੀ ਵਾਲਿਆਂ ਲਈ ਕੀ ਲੈਂਗੁਏਜ ਯੂਜ ਕਰਦਾ ਰਿਹਾ ਜੀ, ਕਿ ਉਹ ਸਾਡੇ ਭਰਾ ਨਹੀਂ ਸੀ। ਮੈਂ ਸਹਿਮਤ ਹੋਵਾਂ ਉਹਨਾਂ ਨਾਲ ਚਾਹੇ ਨਾ ਸਹਿਮਤ ਹੋਵਾਂ, ਉਹ ਦੇਖੋ ਵਿਚਾਰਾਂ ਦਾ ਮਤਭੇਦ ਕੌਮ 'ਚ ਚੱਲਦਾ ਜੀ, ਉਹ ਇਸ ਕਰਕੇ ਚੱਲਦਾ ਕੌਮ ਜੀਉਂਦੀਆਂ ਤਾਂ ਹੀ ਰਹਿੰਦੀਆਂ ਨੇ, ਕਿਉਂਕਿ ਕੌਮ ਨੂੰ ਸੁਚੇਤ ਕਰਨਾ ਪੱਖ ਹੈ। ਅਤੇ ਮੈਂ ਸਮਝਦਾ ਲੀਡਰਸ਼ਿਪ ਦਾ ਸਭ ਤੋਂ ਵੱਡਾ ਪੱਖ ਹੈ, ਜੇ ਮੌਕੇ ਸਿਰ ਕੋਈ ਲੀਡਰ ਆਪਣੇ ਆਪ ਨੂੰ ਜੇ ਕਹਿੰਦਾ ਮੈਂ ਲੀਡਰ ਹਾਂ ਜਾਂ ਮੈਂ ਪ੍ਰਤੀਨਿਧਤਾ ਕਰਦਾ, ਜੇ ਉਹ ਮੌਕੇ ਸਿਰ ਕੌਮ ਨੂੰ ਅਗਾਹ ਨਹੀਂ ਕਰਦਾ, ਭਾਈ ਇਹ ਰਾਹ ਚੜੋਗੇ ਤਾਂ ਮਰ ਜਾਓਗੇ, ਇਸ ਰਾਹ ਚੱਲੋਗੇ ਤਾਂ ਬਚ ਜਾਓਗੇ, ਫਿਰ ਉਹ ਗੱਦਾਰੀ ਕਰਦਾ। ਮੈਂ ਬਰਗਾੜੀ ਵਾਲਿਆਂ ਦਾ ਵਿਰੋਧ ਇਸ ਕਰਕੇ ਕੀਤਾ ਸੀ, ਪਰ ਉਹ ਮੇਰੇ ਭਰਾ ਨੇ, ਮੈਂ ਉਹਨਾਂ ਨੂੰ ਮਰਵਾਉਣਾ ਨਹੀਂ ਚਾਹੁੰਦਾ, ਮੈਂ ਵੀ ਚਾਹੁੰਦਾ ਉਹ ਸੱਤਾਂ ਹੀ ਚਾਹਣ, ਪਰ ਉਹ ਐਸੀ ਧੜੇਬਾਜ਼ੀ ਲੈ ਕੇ ਤੁਰੇ, ਉਹ ਸਮਝਦੇ ਨੇ ਹੋਰ ਸਾਰਾ ਸਿੱਖ ਸਮੁਦਾਇ ਹੀ ਸਮਝਦਾ ਜੀ। ਮੈਂ ਤਾਂ ਮਤਲਬ ਸਿੱਖਾਂ ਤੋਂ ਬਹੁਤ ਪਰੇਸ਼ਾਨ ਹੋ ਗਿਆ, ਨੌਜਵਾਨਾਂ ਤੋਂ ਵੀ ਪਰੇਸ਼ਾਨ ਹੋ ਗਿਆ, ਕਿ ਜਿਹੜਾ ਸੁਚੇਤ ਕਰਦਾ ਤੁਹਾਨੂੰ ਸਹੀ ਰਾਹ ਦੱਸਦਾ, ਤੁਸੀਂ ਸਮਝਦੇ ਹੋ ਸਾਡਾ ਦੁਸ਼ਮਣ ਕਿਉਂ ਹੈ, ਦੁਸ਼ਮਣ ਦੁਸ਼ਮਣ ਕਿਉਂ ਸਮਝਦੇ, ਇਹ ਵਿਵੇਕ ਤਾਂ ਮਾਰਤੀ ਨਾ ਜੀ। ਜਿਹੜਾ ਦੁਸ਼ਮਣ ਬੋਲਦਾ ਰਿਹਾ ਉਹਦੇ ਜੱਫੇ ਇਹਨਾਂ ਨੇ ਆਪ ਪਾ ਲਏ, ਬਰਗਾੜੀ ਵਾਲਿਆਂ ਨੇ ਹੀ ਪਾ ਲਏ ਜੀ। ਅਤਿੰਦਰ ਬਿਲਕੁਲ ਜੀ, ਤੁਸੀਂ ਬਹੁਤ ਸੁੰਦਰ ਦੱਸਿਆ ਕਿ ਰਾਜ ਸੱਤਾ ਪਰ ਤੁਸੀਂ ਕੁਛ ਪੜ੍ਹਨ ਲੱਗੇ, ਤੁਸੀਂ ਪੜ੍ਹ ਲਓ। ਹਾਂਜੀ, ਅਜਿਹਾ ਘੜੀਆਂ ਸਾਨੂੰ ਰੋਕਦੀਆਂ, ਅਜਿਹਾ ਦੇਸ਼ ਕਾਲ ਘੜਨ ਦਾ ਜਿਸ ਸਾਡਾ ਸਿੱਖੀ ਜਜ਼ਬਾ ਅਤੇ ਕੌਮੀ ਜਜ਼ਬੇ ਕੌਮੀਅਤਾ ਦੇ ਪ੍ਰਗਟਾਓ ਵਿੱਚ ਪੂਰਨ ਮੂਰਤੀਮਾਨ ਹੋ ਸਕਣ ਅਤੇ ਪ੍ਰਜਵਲਿਤ ਹੋ ਸਕੇ ਜੀ। ਪ੍ਰਜਵਲਿਤ ਹੋਣ ਦਾ ਮਤਲਬ ਹੈ ਕਿ ਠਾਠਾ ਮਾਰਦਾ ਸੂਰਜ ਚੜ੍ਹੇ, ਐਸੀ ਗਰਮੀ ਦਏ ਕਿ ਜਿੰਨੀਆਂ ਵਿਰੋਧੀ ਤਾਕਤਾਂ ਨੇ ਸਾਰਿਆਂ ਨੂੰ ਸਾੜ ਦੇ ਅਤੇ ਪੰਥ ਦੇ ਜਜ਼ਬੇ ਉਗਾੜ ਦੇ ਜੀ, ਸਾਹਮਣੇ ਲੈ। ਇਹ ਤਾਂ ਮਨੋਰਥ ਨੇ ਜੀ ਅਕਾਲੀ ਦਲ ਦੇ, ਕਿਆ ਬਾਤ, ਤੇ ਰਾਸੀ ਮਨੋਰਥ ਸੱਤਾ ਵਿੱਚ ਆ ਕੇ ਨੌਜਵਾਨੀ ਨੂੰ ਬਚਾਉਣਾ ਸੀ, ਸੱਤਾ ਵਿੱਚ ਆ ਕੇ ਨੌਜਵਾਨੀ ਖਤਮ ਕੀਤੀ ਹੈ, ਸੱਤਾ ਦੇ ਵਿੱਚ ਆ ਕੇ ਐਜੂਕੇਸ਼ਨ ਦੇ ਮੁੱਦੇ ਲੈ ਕੇ ਆਉਣੇ ਸੀ, ਸੱਤਾ ਦੇ ਵਿੱਚ ਆ ਕੇ ਐਜੂਕੇਸ਼ਨ ਦਾ ਮੁੱਦਾ ਖਤਮ ਕੀਤਾ ਗਿਆ। ਇੰਝ ਕਹਿ ਲਓ ਵੀ ਜੋ ਕੰਮ ਸੱਤਾ ਵਿੱਚ ਆ ਕੇ ਕਰਨੇ ਸੀ ਸਾਰਾ ਕੁਛ ਉਹਨਾਂ ਦੇ ਉਲਟ ਕੰਮ ਚੱਲਿਆ। ਵੀ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਅਕਾਲੀ ਦਲ ਬਾਰੇ ਤੁਸੀਂ ਦੱਸਿਆ ਵੀ ਕਿਹੜੇ ਕੰਮ ਇਹਨਾਂ ਨੇ ਕਰਨੇ ਸੀ, ਪਰ ਹੁਣ ਆਪਣੇ ਬੜੇ ਹੋਰ ਰਹਿ ਗਈਆਂ ਚੀਜ਼ਾਂ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਜੋ ਪੂਰਾ ਕਰਨਾ, ਅਸੀਂ ਤੁਹਾਨੂੰ ਅਕਾਲ ਚੈਨਲ ਦੀ ਸਮੁੱਚੀ ਸੰਗਤ ਵੱਲੋਂ ਬੇਨਤੀ ਕਰਾਂਗੇ
ਵੀ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਜੇ ਇਸ ਲੜੀ ਨੂੰ ਤੁਸੀਂ ਕੁਛ ਲੰਮਾ ਲੈ ਕੇ ਚੱਲੀਏ ਤਾਂ ਅਸੀਂ ਕੌਮ ਨੂੰ ਕੁਛ ਦੇ ਸਕਦੇ ਹਾਂ। ਵੀਰ ਜੀ ਦੇਖੋ, ਮੁੱਦੇ ਤਾਂ ਹਾਲੇ ਰਾਜਸੀ ਮੁੱਦਾ ਵੀ ਅਧੂਰਾ ਰਹਿ ਗਿਆ ਜੀ, ਕਿਉਂਕਿ ਮਨੋਰਥ ਅਕਾਲੀ ਦਲ ਦੇ ਪੂਰੇ ਕੌਮ ਨੂੰ ਪਤਾ ਹੋਣੇ ਚਾਹੀਦੇ ਆ ਜੀ। ਜਿਹੜੀ ਮੈਂ ਤੁਹਾਨੂੰ ਗੱਲ ਕਹੀ ਕਿ ਅਕਾਲੀ ਦਲ ਪੰਜਾਬੀ ਪਾਰਟੀ ਨਹੀਂ ਬਣ ਸਕਦਾ, ਠੀਕ ਹੈ ਨਾ ਜੀ, ਉਹ ਇਹਦੇ ਮਨੋਰਥ ਜੀ। ਅਕਾਲੀ ਦਲ ਵੱਲੋਂ ਸਰਕਾਰ ਬਣਨ ਤੋਂ ਬਾਅਦ ਜਿਹੜੇ ਮੁੱਦੇ ਪੂਰੇ ਕਰਨੇ ਸੀ ਹਾਲੇ ਉਹ ਵੀ ਰਹਿ ਗਏ। ਹਾਲੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਕੰਮ ਕਰਨੇ ਸੀ ਅਹਿਦ ਕੀਤੇ ਸੀ ਅਨੰਦਪੁਰ ਸਾਹਿਬ ਮਤੇ 'ਚ, ਕਿਉਂਕਿ ਟੋੜਾ ਸਾਹਿਬ ਨੇ ਆਪ ਸਹੁੰ ਚੁੱਕੀ ਸੀ, ਉਹ ਮੁੱਦੇ ਕਿਹੜੇ ਸੀ ਉਹ ਤਾਂ ਕੌਮ ਨੂੰ ਪਤਾ ਹੀ ਨਹੀਂ, ਅੱਜ ਤੱਕ ਕਿਸੇ ਨੇ ਨਹੀਂ ਜੇ ਜ਼ਿਕਰ ਕੀਤੇ। ਅਨੰਦਪੁਰ ਸਾਹਿਬ ਮਤੇ ਵਿੱਚ ਕੁਛ ਐਸੇ ਮੁੱਦੇ ਸੀ ਜਿਹੜੇ ਐਸ ਜੀ ਪੀ ਸੀ ਨੇ ਵੀ ਪੂਰੇ ਕਰਨੇ ਸੀ। ਹੁਣ ਐਸ ਜੀ ਪੀ ਸੀ ਦਾ ਤਾਂ ਓਵਰਆਲ ਸਾਰਾ ਦਾਰੋਮਦਾਰ ਖਾਲਸਾ ਪੰਥ 'ਤੇ ਹੈ ਨਾ ਜੀ, ਹੁਣ ਉਹ ਵੀ ਹਾਲੇ ਰਹਿ ਗਏ ਜੀ। ਫਿਰ ਸਭ ਤੋਂ ਵੱਡੀ ਤ੍ਰਾਸਦੀ ਹੈ ਖਾਲਸਾ ਪੰਥ ਦਾ ਪ੍ਰਭੂ ਸੱਤਾ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ, ਉਸਨੇ ਵੀ ਅਨੰਦਪੁਰ ਸਾਹਿਬ ਮਤੇ 'ਚੋਂ ਕੁਛ ਕੰਮ ਕਰਨੇ ਸੀ। ਹੁਣ ਉਹ ਤਾਂ ਨਾ ਭਾਰਤ ਸਰਕਾਰ ਦੇ ਅਧੀਨ ਜੇ, ਨਾ ਅਕਾਲੀ ਦਲ ਦੇ, ਨਾ ਐਸ ਜੀ ਪੀ ਸੀ ਦੇ, ਚਲੋ ਹੁਣ ਬਣ ਗਿਆ, ਪਰ ਤਖ਼ਤ ਤਾਂ ਸਾਡਾ ਸੋਵਰਨ ਹੈ ਨਾ ਜੀ, ਉਹਦੀ ਸੋਵਰਨਿਟੀ ਕਿਵੇਂ ਬਹਾਲ ਹੋਣੀ ਹੈ, ਉਹ ਅਨੰਦਪੁਰ ਸਾਹਿਬ ਵਿੱਚ ਹੈਗੀ ਹੈ, ਮਤੇ 'ਚ ਹੈਗੀ ਹੈ। ਅਤੇ ਉਹਨਾਂ ਨੇ ਤਖ਼ਤ ਸਾਹਿਬ ਨੇ ਕੀ ਹਲੂਣਾ ਦੇਣਾ ਸੀ ਪੰਥ ਨੂੰ ਅਤੇ ਕਿਹੜੇ ਕੰਮ ਪੂਰੇ ਕਰਾ ਕੇ ਦੇਣੇ ਸੀ, ਕਿਉਂਕਿ ਅਨੰਦਪੁਰ ਸਾਹਿਬ ਦੇ ਮਤੇ 'ਚ ਸਾਡੇ ਦੋ ਤਖ਼ਤ ਜਾਮਣ ਨੇ, ਸਿੱਖ ਕੌਮ ਭੁੱਲ ਜਾਂਦੀ ਹੈ, ਸ੍ਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਸਿੱਖਾਂ ਦਾ ਜਨਮ ਹੋਇਆ ਜੀ, ਕਿਉਂਕਿ ਮਤਾ ਉੱਥੋਂ ਪਹਿਲੀ ਵਾਰੀ ਪਾਸ ਹੋਇਆ, ਅਖੰਡ ਪਾਠ ਸਾਹਿਬ ਰਖਾ ਕੇ ਹੋਇਆ, ਅਤੇ ਧਰਮਯੁੱਧ ਮੋਰਚਾ ਚੱਲਿਆ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜੀ। ਸਾਡੇ ਦੋ ਤਖ਼ਤ ਜਾਮਣ ਨੇ ਕਿ ਇਨ ਬਿਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਅਤੇ ਐਸ ਜੀ ਪੀ ਸੀ ਦੀ ਲੀਡਰਸ਼ਿਪ ਤੋਂ ਖਾਲਸਾ ਪੰਥ ਲਈ ਇਹ ਮਤਾ ਪ੍ਰਵਾਨ ਪੂਰਾ ਕਰਵਾਵਾਂਗੇ, ਇਹ ਤਖ਼ਤਾਂ ਨੇ ਆਪਣੀ ਗਰੰਟੀ ਦਿੱਤੀ ਹੋਈ ਹੈ। ਅਤੇ ਜੇ ਹੁਣ ਤਖ਼ਤਾਂ ਦੇ ਜਥੇਦਾਰ ਹੀ ਇਸ ਪਾਰਟੀ ਦੇ ਨਾਲ ਸਹਿਮਤ ਹੋ ਕੇ ਬਹਿ ਜਾਣ ਤਾਂ ਫਿਰ ਮਤਾ ਅਨੰਦਪੁਰ ਸਾਹਿਬ ਕਿੱਥੇ ਜਾਏਗਾ? ਮੈਂ ਤਾਂ ਉਹੀ ਤ੍ਰਾਸਦੀ ਹੁਣ ਕੌਮ ਨਾਲ ਜਦੋਂ ਮਤੇ ਦੀ ਬਾਕੀ ਗੱਲ ਜੇ ਤੁਸੀਂ ਸਾਡੇ ਨਾਲ ਅੱਜ ਅਕਾਲ ਚੈਨਲ 'ਤੇ ਇੱਕ ਪ੍ਰੋਮਿਸ ਸਾਨੂੰ ਦਿਓ, ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਕਿਤਾਬ ਜਿਹੜੀ ਹੈ ਨਾ, ਇਹ 'ਚ ਤੁਸੀਂ ਬਹੁਤ ਕੁਛ ਲਿਖਿਆ ਜੀ। ਸੰਵਿਧਾਨ ਦੀ, ਭਾਰਤੀ ਸੰਵਿਧਾਨ ਦੀ ਕਾਪੀ ਜਿਹੜੀ ਉਹ ਛੋਟੀ ਹੁੰਦੀ ਹੈ ਜੀ, ਪਰ ਕਿਸੇ ਵਕੀਲ ਕੋਲ ਜਾਓ ਉਹਨਾਂ ਤੋਂ ਵੱਡੇ ਵੱਡੇ ਉਹਨਾਂ ਨੇ ਰੱਖੀਆਂ ਹੁੰਦੀਆਂ, ਉਹ ਇੱਕ ਇੱਕ ਜਿਹੜੀ ਧਾਰਾ ਆ, ਆਰਟੀਕਲ ਹੈ, ਉਹ ਕਿਵੇਂ ਖੁੱਲ੍ਹਦਾ ਆ, ਕਿਵੇਂ ਲਾਗੂ ਹੁੰਦਾ, ਉਹ 'ਚ ਜਾਣਕਾਰੀ ਹੈ, ਉਹਦੀ ਵਿਆਖਿਆ ਬੜੀ। ਤੁਸੀਂ ਵੀ ਇੱਕ ਵਕੀਲ ਹੋ, ਹੈ ਨਾ, ਇਸੇ ਤਰ੍ਹਾਂ ਮੈਨੂੰ ਲੱਗਦਾ ਵੀ ਮਤਾ ਅਨੰਦਪੁਰ ਸਾਹਿਬ ਇੱਕ ਇੱਕ ਇਹ ਕਿਵੇਂ ਲਾਗੂ ਹੋਣਾ, ਇਹ ਤੁਸੀਂ ਜ਼ਿਆਦਾ ਦੱਸ ਸਕਦੇ ਹੋ, ਇਹਦੀ ਪੂਰੀ ਵਿਆਖਿਆ ਜੀ। ਅਤੇ ਸਾਡੇ ਨਾਲ ਇੱਕ ਵਾਅਦਾ ਕਰੋ ਕਿ ਜਦੋਂ ਅਸੀਂ ਅਗਲੇ ਸਮੇਂ ਦੇ ਦੌਰਾਨ ਵੀ ਤੁਹਾਡੇ ਘਰ ਦਾ ਦਰਵਾਜ਼ਾ ਖੜਕਾਈਏ ਤਾਂ ਤੁਸੀਂ ਇਹ ਮਾਮਲਾ ਔਰ ਪੂਰਾ ਦਾ ਪੂਰਾ ਅਨੰਦਪੁਰ ਸਾਹਿਬ ਦਾ ਮਤਾ ਸਿੱਖ ਕੌਮ ਦੀ ਝੋਲੀ ਦੇ ਵਿੱਚ ਸਾਡੇ ਨਾਲ ਰਲ ਕੇ ਪਾਓਗੇ? ਜੇ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਜੀਉਂਦਾ ਰਿਹਾ, ਮੈਂ ਜ਼ਰੂਰ ਪਾਵਾਂਗਾ ਜੀ, ਮੇਰਾ ਪ੍ਰੋਮਿਸ। ਦਿਲ ਦੀਆਂ ਕਹਿ ਰਹੇ ਹਾਂ। ਤਾਂ ਵੀਰ ਜੀ, ਅਸੀਂ ਜਿੱਥੇ ਅਕਾਲ ਚੈਨਲ ਵੱਲੋਂ ਤੁਹਾਡਾ ਧੰਨਵਾਦ ਕਰਦੇ, ਉੱਥੇ ਅਕਾਲ ਚੈਨਲ ਦੀ ਸਮੁੱਚੀ ਟੀਮ ਵੱਲੋਂ ਅਤੇ ਜਿੰਨੇ ਲੱਖਾਂ ਦਰਸ਼ਕ ਦੇਖਦੇ ਨੇ ਸਭਨਾਂ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ, ਕਿਉਂਕਿ ਬੜੀ ਬਰੀਕੀ ਔਰ ਦਰਦ ਭਰੇ ਲਹਿਜੇ ਦੇ ਵਿੱਚ ਜੋ ਤੁਸੀਂ ਬਿਆਨ ਕਰ ਦਿੱਤਾ। ਮੈਂ ਇੱਕ ਬੇਨਤੀ ਕਰ ਸਕਦਾ? ਜੀ ਬਿਲਕੁਲ ਕਰ ਸਕਦੇ ਹੋ ਜੀ। ਮੈਂ ਪਹਿਲਾਂ ਤਾਂ ਅਕਾਲ ਤਖ਼ਤ ਅਕਾਲ ਚੈਨਲ ਦੀ ਪੂਰੀ ਟੀਮ ਦਾ ਧੰਨਵਾਦੀ ਹਾਂ ਜੀ, ਪਰ ਮੈਂ ਆਪਣੇ ਰੋਂਦੀ ਹੋਈ ਰੂਹ ਦੀ ਜ਼ਮੀਰ 'ਚੋਂ ਇੱਕ ਬੇਨਤੀ ਪੰਥ ਨੂੰ ਕਰਨਾ ਚਾਹੁੰਦਾ। ਅੱਜ 34 ਸਾਲ ਨਿਕਲ ਗਏ ਘੱਲੂਘਾਰੇ ਨੂੰ, 34 ਸਾਲ ਬਾਅਦ ਸਿੱਖ ਮੀਡੀਏ ਨੂੰ ਲੋੜ ਪਈ ਅਨੰਦਪੁਰ ਸਾਹਿਬ ਮਤੇ ਦੀ, ਅਤੇ ਉਹ ਅਕਾਲ ਚੈਨਲ ਅੱਗੇ ਨਿਕਲਿਆ। ਮੈਂ ਅਕਾਲ ਚੈਨਲ ਵਾਲਿਆਂ ਦਾ ਪਹਿਲਾਂ ਤਾਂ ਧੰਨਵਾਦੀ ਹਾਂ। ਦੂਸਰੀ ਬੇਨਤੀ ਮੇਰੀ ਹੈ ਜੇ ਕਿ ਅਨੰਦਪੁਰ ਸਾਹਿਬ ਦਾ ਮਤਾ ਸਿਰਫ ਅਤੇ ਸਿਰਫ ਇੱਕ ਰੂਹ ਹੈ, ਉਸ ਰੂਹ ਦਾ ਸਰੀਰ ਖਾਲਸਾ ਪੰਥ ਹੈ। ਇਹ ਰੂਹ ਖਾਲਸਾ ਪੰਥ ਦੇ ਸਰੀਰ 'ਚ ਟਿਕਣੀ ਹੈ ਜੀ। ਖਾਲਸਾ ਪੰਥ ਦਾ ਸਰੀਰ ਨੌਜਵਾਨ ਪੀੜ੍ਹੀ ਜੇ, ਬਜ਼ੁਰਗ ਨਹੀਂ ਨੇ। ਓਕੇ, ਇਹ ਗੱਲ ਨੌਜਵਾਨ ਨੂੰ ਬੜੀ ਅੱਛੀ ਤਰ੍ਹਾਂ ਸਮਝ ਲਓ। ਮੈਂ ਬਿਲਕੁਲ ਨਹੀਂ ਕਹਿੰਦਾ ਤੁਹਾਨੂੰ ਕਿ ਤੁਸੀਂ ਪਤਾ ਤੋਂ, ਮੈਂ ਬਿਲਕੁਲ ਨਹੀਂ ਕਹਿੰਦਾ ਤੁਸੀਂ ਵਾਲ ਕਟਾਏ ਹੋਏ ਨੇ, ਮੈਂ ਬਿਲਕੁਲ ਨਹੀਂ ਕਹਿੰਦਾ ਤੁਸੀਂ ਇੰਜ ਕਿਉਂ ਅਤੇ ਉਂਝ ਕਿਉਂ, ਕਿਉਂਕਿ ਤੁਹਾਨੂੰ ਕਿਸੇ ਨੇ ਸਹੀ ਰਾਹ 'ਤੇ ਪਾਇਆ ਹੀ ਨਹੀਂ, ਕਸੂਰ ਉਹਨਾਂ ਦਾ ਨਹੀਂ ਹੈ, ਮੈਂ ਮੰਨਦਾ। ਪਰ ਮੈਂ ਤੁਹਾਡੇ ਅੱਗੇ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਨੌਜਵਾਨ ਨੂੰ ਕਿ ਕੌਮ ਦੇ ਮੁੱਦਿਆਂ 'ਤੇ ਜਜ਼ਬਾਤੀ ਨਾ ਹੋਵੋ, ਭਾਵੁਕਤਾ ਨਾ ਦਿਖਾਓ, ਉਹ ਕੰਮ ਨਾ ਕਰੋ ਜਿਹੜੇ ਕੰਮ ਸਿੱਖ ਕੌਮ ਨੂੰ ਟੈਰੋਰਿਸਟ ਅਤੇ ਸੈਪਰੇਟਿਸਟ ਦੇ ਲੇਬਲ ਨਾਲ
ਪਹਿਲਾਂ ਹੀ ਦੁਨੀਆ ਅੱਗੇ ਸ਼ੱਕੀ ਬਣਾ ਦਿੰਦੇ ਨੇ। ਅੱਜ ਦਾ ਜ਼ਮਾਨਾ ਜੇ ਡੈਮੋਕ੍ਰੇਟਿਕ, ਅੱਜ ਦਾ ਜ਼ਮਾਨਾ ਲੋਕ ਮਤ ਦਾ, ਅੱਜ ਦੇ ਜ਼ਮਾਨੇ ਦੀ ਰਾਜਨੀਤੀ ਦੇ ਹਿਸਾਬ ਨਾਲ ਤੁਰਨਾ ਸਿੱਖੋ। ਜਿਸ ਮੁਲਕ ਵਿੱਚ ਵੀ ਉਹ ਉਸ ਮੁਲਕ ਦੇ ਕੰਸਟੀਟਿਊਸ਼ਨ ਦੇ ਤਹਿਤ ਆਪਣੇ ਹੱਕ ਲੈਣਾ ਸਿੱਖੋ। ਅਤੇ ਮੈਂ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਵਿਵੇਕ ਨੂੰ, ਆਪਣੀ ਚੇਤਨਾ ਨੂੰ, ਆਪਣੀ ਸੁਰਤ ਨੂੰ ਇਸ ਕਦਰ ਖੰਡੇ ਦੀ ਧਾਰ 'ਤੇ ਤਿੱਖਾ ਕਰ ਲਓ ਕਿ ਤੁਹਾਡੇ ਫੈਸਲੇ ਜਜ਼ਬਾਤਾਂ ਵਿੱਚੋਂ ਨਹੀਂ ਨਿਕਲਣੇ ਚਾਹੀਦੇ, ਖੰਡੇ ਦੀ ਧਾਰ ਦੀ ਸੁਰਤ ਵਿਵੇਕ ਵਿੱਚੋਂ ਪੂਰੇ ਧਾਰਦਾਰ ਬਣ ਕੇ ਵਿਵੇਕ ਦੇ ਫੈਸਲੇ 'ਚੋਂ ਆਉਣੇ ਚਾਹੀਦੇ ਨੇ, ਫਿਰ ਕੌਮ ਦਾ ਕੁਛ ਬਣੇਗਾ। ਜੇ ਬਿਲਕੁਲ ਜੀ, ਜੇ ਜਜ਼ਬਾਤੀ ਮੁੱਦੇ ਲੈ ਕੇ ਜਾਓਗੇ ਕੌਮ ਦਾ ਕੁਛ ਨਹੀਂ ਬਣਨਾ, ਤੁਸੀਂ ਆਪਣਾ ਆਪ ਵੀ ਖਰਾਬ ਕਰ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੁਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਦਰਸ਼ਕੋ, ਅਗਲੇ ਹਫ਼ਤੇ ਫਿਰ ਇਸ ਪ੍ਰੋਗਰਾਮ ਨੂੰ ਲੈ ਕੇ ਮਾਤਾ ਸ੍ਰੀ ਅਨੰਦਪੁਰ ਸਾਹਿਬ ਹਾਜ਼ਰ ਹੋਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।